ਕੋਡ BECC 134 ਪ੍ਰਿੰਸੀਪਲ ਜੋ ਮੈਕਰੋਕੋਨਸ ਪਾਰਟ 2 ਦੇ ਵਿੱਚ ਅੱਜ ਅਸੀਂ ਡਿਸਕਸ ਕਰਾਂਗੇ ਫਿਲਿਪਸ ਕਰਵ। ਪਿਛਲੇ ਕਈ ਲੈਕਚਰ ਦੇ ਵਿੱਚ ਅਸੀਂ ਡਿਸਕਸ ਕੀਤਾ ਹੈ ਕਿ ਕੀਮਤਾਂ ਵਸਤੂਆਂ ਅਤੇ ਸੇਵਾਵਾਂ ਦੀ ਕੀਮਤਾਂ ਵਿੱਚ ਲਗਾਤਾਰ ਅਤੇ ਕਾਫੀ ਮਾਤਰਾ ਵਿੱਚ ਵਾਧੇ ਨੂੰ ਅਸੀਂ ਮੁਦਰਾਸਫੀਤੀ ਜਾਂ ਇਨਫਲੇਸ਼ਨ ਕਹਿ ਦਿੰਦੇ ਹਾਂ। ਜਦੋਂ ਕੀਮਤਾਂ ਦੇ ਵਿੱਚ ਵਾਧਾ ਹੁੰਦਾ ਹੈ ਤਾਂ ਜਿਹੜੀ ਪਰਚੇਜਿੰਗ ਪਾਵਰ ਆਫ ਮਨੀ ਹੈ, ਮਤਲਬ ਮੁਦਰਾ ਦੀ ਖਰੀਦ ਸ਼ਕਤੀ ਜਿਹੜੀ ਆ, ਉਹ ਘੱਟ ਅਤੇ ਜਿਸ ਦੇ ਨਾਲ ਵਟਾਂਦਰਾ ਦਰ 'ਤੇ ਮਾੜਾ ਪ੍ਰਭਾਵ ਪੈਂਦਾ। ਜਿਹੜੀ ਇਨਫਲੇਸ਼ਨ ਹੈ ਉਹ ਕਈ ਕਾਰਨਾਂ ਕਰਕੇ ਹੋ ਸਕਦਾ, ਜਿਸ ਨੂੰ ਅਸੀਂ ਡਿਮਾਂਡ ਪੁੱਲ ਅਤੇ ਸਪਲਾਈ ਸਾਈਡਸ ਸਪਲਾਈ ਜਾਂ ਕੁਛ ਕੁਛ ਇਨਫਲੇਸ਼ਨ ਕਹਿ ਦਿੰਦੇ। ਡਿਮਾਂਡ ਪੁੱਲ ਇਨਫਲੇਸ਼ਨ ਜਦੋਂ ਮੰਗ ਵਿੱਚ ਵਾਧੇ ਦੇ ਕਾਰਨ ਹੁੰਦਾ ਅਤੇ ਕੋਸਟ ਪੁਸ਼ ਇਨਫਲੇਸ਼ਨ ਜਦੋਂ ਕੋਸਟ ਆਫ ਪ੍ਰੋਡਕਸ਼ਨ ਵਿੱਚ ਵਾਧੇ ਦੇ ਕਾਰਨ ਹੁੰਦਾ। ਇਨਫਲੇਸ਼ਨ ਤੋਂ ਇਲਾਵਾ ਜਿਹੜਾ ਇੱਕ ਬਹੁਤ ਮਹੱਤਵਪੂਰਨ ਸੋਸ਼ਲ ਇਸ਼ੂ ਹੈ ਉਹ ਹੈ ਅਨਇੰਪਲਾਇਮੈਂਟ, ਜਿਹਨੂੰ ਅਸੀਂ ਬੇਰੁਜ਼ਗਾਰੀ ਕਹਿ ਰਹੇ ਹਾਂ। ਤਾਂ ਇਸ ਬੇਰੁਜ਼ਗਾਰੀ 'ਤੇ ਬਹੁਤ ਇਕਨੋਮਿਕ ਇੰਪਲੀਕੇਸ਼ਨਸ ਹੈ ਲੋਕਾਂ ਦੇ ਉੱਤੇ। ਬੇਰੁਜ਼ਗਾਰੀ ਉਹ ਸਥਿਤੀ ਹੁੰਦੀ ਹੈ ਇੱਕ ਕੰਟਰੀ ਦੀ, ਇੱਕ ਦੇਸ਼ ਦੀ, ਜਿੱਥੇ ਇੱਕ ਹੈਲਦੀ ਪਰਸਨਸ ਜਿਹੜਾ ਕਿ ਕੰਮ ਕਰਨਾ ਚਾਹੁੰਦਾ ਹੈ ਲੇਕਿਨ ਉਸਨੂੰ ਐਗਜਿਸਟਿੰਗ ਵੇਜ ਰੇਟ ਦੇ ਉੱਤੇ ਵਰਤਨ ਮਜ਼ਦੂਰੀ ਦਰ 'ਤੇ ਕੰਮ ਨਾ ਮਿਲੇ। ਇਹਦੇ ਨਾਲ ਸਿਰਫ ਉਸਦੀ ਫੈਮਿਲੀ ਦੀ ਇਨਕਮ ਵਿੱਚ ਵਾਧਾ ਨਹੀਂ ਹੁੰਦਾ, ਮਤਲਬ ਇਨਕਮ ਜਿਹੜੀ ਹੈ ਰੁਕ ਜਾਂਦੀ ਹੈ, ਲੇਕਿਨ ਉਸ ਫੈਮਿਲੀ ਦਾ, ਉਸ ਵਿਅਕਤੀ ਦਾ ਜਿਹੜਾ ਨੈਤਿਕ ਜਿਹੜਾ ਮਤਲਬ ਮੋਰੇਲ ਹੈ ਉਹ ਘੱਟ। ਅਤੇ ਇਸ ਤੋਂ ਇਲਾਵਾ ਇਸਦੇ ਹੋਰ ਕਈ ਮਾੜੇ ਪ੍ਰਭਾਵ ਪੈਂਦੇ ਹੈ। ਜਿਹੜੀ ਵੈਲਿਊ ਆਫ ਹਿਊਮਨ ਰਿਸੋਰਸਿਸ ਹੈ ਉਹ ਘੱਟ ਜਾਂਦੀ ਹੈ। ਜਿਹੜੀ ਅਨਇੰਪਲਾਇਡ ਪਰਸਨਸ ਹੈ ਉਹਦੀਆਂ ਸਰਵਿਸਿਸ ਨੂੰ ਉਤਪਾਦਨ ਕਿਰਿਆ ਵਿੱਚ ਯੂਜ ਕੀਤਾ ਜਾ ਸਕਦਾ ਸੀਗਾ, ਜਿਸ ਨੂੰ ਅਸੀਂ ਯੂਜ ਨਹੀਂ ਕਰ ਰਹੇ। ਅਸਲ ਦੇ ਵਿੱਚ ਜਿਹੜੀ ਮੁੱਦਾ ਸਫੀਤੀ ਅਤੇ ਅਨਇੰਪਲਾਇਮੈਂਟ, ਇਹ ਦੋ ਸਮਾਜਿਕ ਬੁਰਾਈਆਂ, ਬਹੁਤ ਮਹੱਤਵਪੂਰਨ ਸਮਾਜਿਕ ਬੁਰਾਈਆਂ ਅਸੀਂ ਕੰਸੀਡਰ ਕਰਨਾ, ਅਤੇ ਇਸ ਦੋਨਾਂ ਦੇ ਬਹੁਤ ਹੀ ਮਾੜੇ ਪ੍ਰਭਾਵ ਪੈਂਦੇ। ਇਹਦੇ ਨਾਲ ਸਮਾਜਿਕ ਸਟ੍ਰੈਸ ਅਤੇ ਕਈ ਵਾਰੀ ਦੇਸ਼ ਦੇ ਵਿੱਚ ਰਾਜਨੀਤਿਕ ਅਸਥਿਰਤਾ ਵੀ ਆਈ। ਤਾਂ ਕਈ ਇਕੋਨੋਮਿਸਟ ਨੇ ਇਸ ਇਨਫਲੇਸ਼ਨ ਅਤੇ ਅਨਇੰਪਲਾਇਮੈਂਟ ਦੇ ਰਿਲੇਸ਼ਨਸ਼ਿਪ ਨੂੰ ਸ਼ੋ ਕਰਨ ਦੀ ਕੋਸ਼ਿਸ਼ ਕੀਤੀ, ਲੇਕਿਨ ਜਿਹੜੇ ਕਲਾਸੀਕਲ ਇਕੋਨੋਮਿਸਟ ਸੀਗੇ ਉਹ ਇਹਨਾਂ ਨੂੰ ਇੰਡੀਪੈਂਡੈਂਟ ਟ੍ਰੀਟ ਕਰਦੇ ਸੀ ਕਿ ਇਨਫਲੇਸ਼ਨ ਅਲੱਗ ਹੈ ਅਤੇ ਜਿਹੜੀ ਅਨਇੰਪਲਾਇਮੈਂਟ ਹੈ ਉਹ ਅਲੱਗ ਹੈ। ਉਹ ਇਸਨੂੰ ਰੀਅਲ ਸੈਕਟਰ ਅਤੇ ਮੋਨਟਰੀ ਸੈਕਟਰ ਦੇ ਪਹਿਲੂ ਮੰਨਦੇ। ਤਾਂ ਕਲਾਸੀਕਲ ਇਕੋਨੋਮਿਸਟ ਇਹਨਾਂ ਦੇ ਰਿਲੇਸ਼ਨਸ਼ਿਪ ਨੂੰ, ਇਨਫਲੇਸ਼ਨ ਅਤੇ ਅਨਇੰਪਲਾਇਮੈਂਟ ਦੇ ਰਿਲੇਸ਼ਨਸ਼ਿਪ ਨੂੰ ਵਿਜੂਲਾਈਜ਼ ਨਹੀਂ ਕਰ ਸਕਦੇ। ਉਹਨਾਂ ਦੇ ਮੁਤਾਬਕ ਜਦੋਂ ਮਨੀ ਦੀ ਸਪਲਾਈ ਵੱਧਦੀ ਹੈ ਤਾਂ ਉਹਦੇ ਨਾਲ ਪ੍ਰਾਈਸ ਲੈਵਲ ਜਿਹੜਾ ਵੱਧਦਾ ਅਤੇ ਇਹਦੇ ਨਾਲ ਜਿਹੜਾ ਆਊਟਪੁੱਟ ਹੈ ਉਹ ਕੀ ਹੈ, ਚੇਂਜ ਨਹੀਂ ਹੁੰਦਾ। ਤਾਂ ਉਹ ਅਜਿਊਮ ਕਰਦੇ ਨੇ ਕਿ ਬਜਟ ਦੇ ਵਿੱਚ ਫਲੈਕਸੀਬਿਲਟੀ ਹੈ, ਅਤੇ ਉਹ ਬਜਟ ਦੇ ਵਿੱਚ ਫਲੈਕਸੀਬਿਲਟੀ ਹੋਣ ਦੇ ਕਾਰਨ ਅਨਇੰਪਲਾਇਮੈਂਟ ਆਪਣੇ ਆਪ ਹੀ ਕੀ ਹੋ ਜਾਏਗਾ, ਦੂਰ ਹੋ ਜਾਏਗਾ। ਉਹ ਅਨਇੰਪਲਾਇਮੈਂਟ ਦੀ ਜਿਹੜੀ ਪ੍ਰੋਬਲਮ ਹੈ ਇਸ ਨੂੰ ਸੋਚ ਹੀ ਨਹੀਂ ਸਕੇ।
ਉਹ ਬਲੀਵ ਕਰਦੇ ਸੀਗੇ ਕਿ ਜਿਹੜੀ ਅਨਇੰਪਲਾਇਮੈਂਟ ਹੈ ਇੱਕ ਟ੍ਰਾਂਜੀਟਰੀ ਫੇਜ਼। ਲੇਕਿਨ ਕੇਨਸ ਨੇ ਦੂਸਰੇ ਪਾਸੇ ਸੁਜੈਸਟ ਕੀਤਾ ਕਿ ਮੋਨਿਟਰੀ ਵੇਰੀਏਬਲ ਜਿਹੜੇ ਨੇ ਮਨੀ ਸਪਲਾਈ ਦੇ ਵਿੱਚ ਜਦੋਂ ਚੇਂਜ ਆਉਂਦੀ ਹੈ, ਵਾਧਾ ਹੁੰਦਾ, ਤਾਂ ਉਸਦੇ ਰੀਅਲ ਸੈਕਟਰ 'ਤੇ ਵੀ ਪ੍ਰਭਾਵ ਪੈਂਦਾ। ਤਾਂ ਜਿਹੜੀ ਟ੍ਰਾਂਸਮਿਸ਼ਨ ਹੈ ਉਹਨਾਂ ਨੇ ਇਸ ਤਰ੍ਹਾਂ ਕਿਹਾ ਕਿ ਜਦੋਂ ਮੁਦਰਾ ਦੀ ਪੂਰਤੀ ਵਿੱਚ ਵਾਧਾ ਹੁੰਦਾ ਉਹਨਾਂ ਦੇ ਨਾਲ ਰੇਟ ਆਫ ਇੰਟਰਸਟ ਜਿਹੜਾ ਘੱਟ ਜਾਂਦਾ, ਜਦੋਂ ਰੇਟ ਆਫ ਇੰਟਰਸਟ ਘੱਟ ਜਾਂਦਾ ਤਾਂ ਇਨਵੈਸਟਮੈਂਟ ਜਿਹੜਾ ਵੱਧ ਜਾਂਦਾ, ਜਦੋਂ ਇਨਵੈਸਟਮੈਂਟ ਵੱਧ ਜਾਂਦਾ ਤਾਂ ਇੰਪਲਾਇਮੈਂਟ ਅਤੇ ਆਊਟਪੁੱਟ ਜਿਹੜੀ ਹੈ ਉਹ ਕੀ ਹੈ, ਵੱਧ ਜਾਂਦੀ ਹੈ। ਉਤਪਾਦਨ ਵਿੱਚ ਹੀ ਵਾਧਾ ਹੁੰਦਾ, ਜਦੋਂ ਉਤਪਾਦਨ ਵਿੱਚ ਵਾਧਾ ਹੋਏਗਾ ਜ਼ਿਆਦਾ ਉਤਪਾਦਨ ਨੂੰ ਕਰਨ ਦੇ ਲਈ ਰੁਜ਼ਗਾਰ ਦੇ ਪੱਧਰ ਵਿੱਚ ਵੀ ਵਾਧਾ ਹੋਏਗਾ। ਜੇ ਅਸੀਂ ਮਾਈਕਰੋ ਇਕਨੋਮਿਕਸ ਦੇ ਪੁਆਇੰਟ ਆਫ ਵਿਊ ਨਾਲ ਦੇਖੀਏ ਤਾਂ ਫਾਰਮ ਜਿਹੜੀਆਂ ਨੇ ਲੇਬਰ ਦੀ ਡਿਮਾਂਡ ਕਰਦੀਆਂ ਨੇ ਅਤੇ ਇਹ ਲੇਬਰ ਜਿਹੜੇ ਨੇ ਪ੍ਰੋਡਕਸ਼ਨ ਆਫ ਗੁੱਡਸ ਐਂਡ ਸਰਵਿਸ ਦੇ ਵਿੱਚ ਕੰਟਰੀਬਿਊਟ ਕਰਦੇ ਹਨ। ਜਦੋਂ ਲੇਬਰ ਕੰਮ ਕਰਦੇ ਆ, ਉਤਪਾਦਨ ਕਰਦੇ ਆ, ਉਸਦੇ ਬਦਲੇ ਉਹਨਾਂ ਨੂੰ ਰਿਵਾਰਡ ਜਿਹੜਾ ਵੇਜਿਸ ਦੇ ਰੂਪ ਵਿੱਚ ਮਿਲਦਾ ਹੈ ਅਤੇ ਲੇਬਰ ਮਾਰਕੀਟ ਇਕਲੀਨੀਅਮ ਵੇਜ ਰੇਟ ਜਿਹੜਾ ਉੱਥੇ ਨਿਸ਼ਚਿਤ ਹੁੰਦਾ ਹੈ ਜਿੱਥੇ ਮਜ਼ਦੂਰਾਂ ਦੀ ਮੰਗ ਮਜ਼ਦੂਰਾਂ ਦੀ ਪੂਰਤੀ ਦੀ ਕੀ ਹੁੰਦੀ ਹੈ ਬਰਾਬਰ। ਜਦੋਂ ਹਿਊਮਨ ਸਪਲਾਈ ਜਿਹੜੀ ਹੈ ਲੇਬਰ ਦੀ, ਹਿਊਮਨ ਜਿਹੜੇ ਨੇ ਵਿੰਗਸ ਜ਼ਿਆਦਾ ਮਜ਼ਦੂਰੀ ਦਰ 'ਤੇ ਜ਼ਿਆਦਾ ਲੇਬਰ ਨੂੰ ਸਪਲਾਈ ਕਰਨ ਨੂੰ ਤਿਆਰ ਹੁੰਦੇ ਅਤੇ ਫੌਜ ਜਿਹੜੇ ਨੇ ਜ਼ਿਆਦਾ ਮਜ਼ਦੂਰੀ ਦਰ ਦੇ ਉੱਤੇ ਘੱਟ ਮਜ਼ਦੂਰਾਂ ਦੀ ਮੰਗ ਜਿਹੜੀ ਹੈ ਉਹ ਕਰਦੇ ਹਨ। ਤਾਂ ਇਸ ਤਰ੍ਹਾਂ ਜਿਹੜਾ ਸਪਲਾਈ ਆਫ ਲੇਬਰ ਦਾ ਜਿਹੜਾ ਵੇਜ ਰੇਟ ਦੇ ਨਾਲ ਪੋਜੀਟਿਵ ਰਿਲੇਸ਼ਨਸ਼ਿਪ ਹੈ ਅਤੇ ਡਿਮਾਂਡ ਫੋਰ ਲੇਬਰ ਦਾ ਵੇਜਿਸ ਦੇ ਨਾਲ ਕੀ ਹੈ, ਉਲਟਾ ਰਿਲੇਸ਼ਨਸ਼ਿਪ। ਤਾਂ ਹੁਣ ਅਸੀਂ ਡਿਸਕਸ ਕਰਾਂਗੇ ਕਿ ਕਿਸ ਤਰ੍ਹਾਂ ਦੀ ਜਿਹੜੀ ਅਨਇੰਪਲਾਇਮੈਂਟ ਜਿਹੜੀ ਹੈ ਉਹ ਪਾਈ। ਤਾਂ ਜਿਹੜਾ ਮਜ਼ਦੂਰ ਸ਼ਕਤੀ ਹੈ ਜਿਹਨੂੰ ਅਸੀਂ ਲੇਬਰ ਫੋਰਸ ਕਹਿ ਦਿੰਦੇ, ਇੱਕ ਧਾਰਨਾ ਦੇ ਤੌਰ 'ਤੇ ਇਹਦੇ ਵਿੱਚ ਉਹ ਸਾਰੇ ਵਿਅਕਤੀ ਸ਼ਾਮਿਲ ਹੁੰਦੇ ਹਨ ਜਿਨ੍ਹਾਂ ਦੀ ਉਮਰ 16 ਸਾਲ ਤੋਂ ਲੈ ਕੇ 64 ਸਾਲ ਤੱਕ ਦੀ ਹੁੰਦੀ ਹੈ ਅਤੇ ਜਿਹੜੇ ਵਿਅਕਤੀ ਕੰਮ ਕਰਨਾ ਚਾਹੁੰਦੇ। ਇਸੇ ਵਿੱਚ ਅਸੀਂ ਇੰਪਲਾਇਡ ਅਤੇ ਅਨਇੰਪਲਾਇਡ ਦੋਨੋਂ ਤਰ੍ਹਾਂ ਦੇ ਵਿਅਕਤੀਆਂ ਨੂੰ ਸ਼ਾਮਿਲ ਕਰਦੇ। ਲੇਕਿਨ ਉਹਨਾਂ ਵਿਅਕਤੀਆਂ ਨੂੰ ਅਸੀਂ ਸ਼ਾਮਿਲ ਨਹੀਂ ਕਰਦੇ ਜਿਹੜੇ ਕਿ ਰਿਟਾਇਰ ਹੋ ਚੁੱਕੇ ਜਾਂ ਜਿਹੜੇ ਬਹੁਤ ਬਿਮਾਰ ਨੇ ਅਤੇ ਜਿਹੜੇ ਕਿ ਜੋਬ ਦੀ ਤਲਾਸ਼ ਵਿੱਚ ਨਹੀਂ ਹੈਗੇ, ਜਿਹੜੇ ਕੰਮ ਨਹੀਂ ਕਰ ਰਹੇ। ਦੂਸਰੇ ਪਾਸੇ ਜਿਹੜਾ ਵਰਕ ਫੋਰਸ ਹੈ ਇਹ ਕੁਛ ਹੱਦ ਤੱਕ ਨੈਰੋ ਕਨਸੈਪਟ ਹੈ, ਇਹਦੇ ਵਿੱਚ ਸਿਰਫ ਅਸੀਂ ਇੰਪਲੋਇਡ ਪਰਸਨਸ ਨੂੰ ਸ਼ਾਮਿਲ ਕਰਦੇ। ਇਸ ਤਰ੍ਹਾਂ ਜਿਹੜਾ ਲੇਬਰ ਫੋਰਸ ਅਤੇ ਵਰਕ ਫੋਰਸ ਦੇ ਵਿੱਚ ਜਿਹੜਾ ਅੰਤਰ ਹੈ ਉਹ ਅੰਤਰ ਹੈ ਕਿ ਕਿੰਨੇ ਜਿਹੜਾ ਨੰਬਰ ਹੈ ਉਹ ਅਨਇੰਪਲਾਇਡ ਦਾ, ਜਿਹੜੇ ਅਨਇੰਪਲਾਇਡ ਪਰਸਨਸ ਨੇ ਉਹ ਡਿਫਰੈਂਸ ਹੈ ਬਿਟਵੀਨ ਲੇਬਰ ਫੋਰਸ ਐਂਡ ਵਰਕ ਫੋਰਸ। ਤਾਂ ਇੰਪਲਾਇਡ ਪਰਸਨ ਤੋਂ ਭਾਵ ਉਹ ਹੈ ਜਿਹੜੇ ਕਿ ਕੋਈ ਵੀ ਪੇਡ ਵਰਕ ਕੰਮ ਕਰਦੇ ਤਾਂ ਅਤੇ ਜਿਹਨਾਂ ਕੋਲ ਜੋਬ ਹੈਗੀ ਹੈ। ਦੂਸਰੇ ਪਾਸੇ ਜਿਹੜੇ ਅਨਇੰਪਲਾਇਡ 'ਚ ਉਹ ਕੈਟਾਗਰੀ ਹੈ ਜਿਹੜੇ ਕਿ ਇੰਪਲਾਇਡ ਨਹੀਂ ਹੈ, ਜਿਹੜੇ ਕਿ ਐਕਟਿਵਲੀ ਜਿਹੜੇ ਨੇ ਕੰਮ ਕਰਨ ਦੀ ਤਲਾਸ਼ ਦੇ ਵਿੱਚ ਹੈਗੇ। ਤਾਂ ਇਸ ਦੇ ਵਿੱਚ ਜਦੋਂ ਅਨਇੰਪਲਾਇਡ ਨੂੰ ਅਸੀਂ ਇਹਦੇ ਵਿੱਚ ਲੇਬਰ ਫੋਰਸ ਦੇ ਵਿੱਚ ਜਿਹੜੇ ਸ਼ਾਮਿਲ ਨਹੀਂ ਹੈਗੇ, ਲੇਬਰ ਫੋਰਸ ਦੇ ਵਿੱਚ ਸ਼ਾਮਿਲ ਜਿਹੜੇ ਨੇ ਉਹ ਉਹਨਾਂ ਨੂੰ ਸ਼ਾਮਿਲ ਨਹੀਂ ਕਰਦੇ।
ਤਾਂ ਅਨਇੰਪਲੋਇਮੈਂਟ ਜਿਹੜੇ ਦੀ ਡੈਫੀਨੇਸ਼ਨ ਜਿਹੜੀ ਅਸੀਂ ਉਹ ਕਹਿੰਦੇ ਹਾਂ ਕਿ ਉਹ ਨੰਬਰ ਆਫ ਇੰਪਲੋਇਡ ਨੰਬਰ ਆਫ ਅਨਇੰਪਲੋਇਡ ਡਿਵਾਈਡਡ ਬਾਏ ਦਾ ਟੋਟਲ ਲੇਬਰ ਫੋਰਸ। ਔਰ ਟੋਟਲ ਲੇਬਰ ਫੋਰਸ ਨੂੰ ਅਸੀਂ ਜਦੋਂ ਨੰਬਰ ਆਫ ਅਨਇੰਪਲੋਇਡ ਦੇ ਨਾਲ ਡਿਵਾਈਡ ਕਰ ਦਿੰਦੇ ਹਾਂ ਤਾਂ ਦੈਟ ਇਜ਼ ਦਾ ਅਨਇੰਪਲੋਇਮੈਂਟ ਰੇਟ। ਤਾਂ ਜਿਹੜੀ ਅਨਇੰਪਲੋਇਮੈਂਟ ਹੈ ਇਹ ਕੰਸੈਪਟ ਜਿਹੜਾ ਹੈ ਇਨਵੋਲੰਟਰੀ, ਮਤਲਬ ਕਿ ਜਿਹੜੇ ਕੰਮ ਕਰਨਾ ਚਾਹੁੰਦੇ ਨੇ ਪਰ ਜਿਹਨਾਂ ਨੂੰ ਕੰਮ ਜਿਹੜਾ ਹੈ ਉਹ ਨਹੀਂ ਮਿਲ ਰਿਹਾ। ਤਾਂ ਜੇ ਅਨਇੰਪਲੋਇਮੈਂਟ ਦੀ ਟਾਈਪਸ ਦੀ ਗੱਲ ਕਰੀਏ ਜਿਸ ਤਰ੍ਹਾਂ ਸਕਰੀਨ 'ਚ ਦਿਖਾਇਆ ਗਿਆ, ਇੱਕ ਫ੍ਰਿਕਸ਼ਨ ਅਨਇੰਪਲੋਇਮੈਂਟ, ਇੱਕ ਸਟਰਕਚਰਲ ਅਨਇੰਪਲੋਇਮੈਂਟ, ਇੱਕ ਜਿਹੜੀ ਹੈ ਸਿਕਲਿਕਲ ਅਨਇੰਪਲੋਇਮੈਂਟ। ਫ੍ਰਿਕਸ਼ਨ ਅਨਇੰਪਲੋਇਮੈਂਟ ਜਿਹਨੂੰ ਅਸੀਂ ਸੰਘਰਸ਼ਾਤਮਕ ਬੇਰੁਜ਼ਗਾਰੀ ਕਹਿ ਦਿੰਦੇ ਹਾਂ, ਉਹ ਵਿਅਕਤੀ ਹੁੰਦੇ ਹੈ ਜਿਹੜੇ ਕਿ ਇੱਕ ਕੰਮ ਨੂੰ ਸਵਿੱਚ ਕਰਕੇ ਚੇਂਜ ਕਰਕੇ ਦੂਜੇ ਕੰਮ ਦੀ ਤਲਾਸ਼ 'ਚ ਹੋ। ਅਤੇ ਕਈ ਕੇਸਿਸ ਦੇ ਵਿੱਚ ਜਿਹੜਾ ਟੈਨਿਓਰ ਆਫ ਜੋਬ ਹੈ ਉਹ ਕੀ ਹੈ ਖਤਮ ਹੋ ਜਾਂਦਾ ਅਤੇ ਵਰਕਰ ਜਿਹੜੇ ਨੇ ਉਹ ਅਨਇੰਪਲੋਇਮੈਂਟ ਰਹਿੰਦੇ ਹੈ ਜਦੋਂ ਤੱਕ ਉਹਨਾਂ ਨੂੰ ਦੂਸਰੀ ਜੋਬ ਜਿਹੜੀ ਹੈ ਨਹੀਂ ਮਿਲਦੀ। ਅਤੇ ਦੂਸਰੇ ਕੇਸਿਸ ਦੇ ਵਿੱਚ ਜਿਹੜੇ ਵਰਕਰਸ ਮਾਈਗ੍ਰੇਟ ਕਰਦੇ ਹੈ ਫਰੋਮ ਇੱਕ ਖੇਤਰ ਤੋਂ ਦੂਸਰੇ ਖੇਤਰ ਦੇ ਵਿੱਚ ਬੈਟਰ ਜੋਬ ਦੇ ਲਈ, ਠੀਕ ਹੈ, ਅਤੇ ਜਾਂ ਉਹ ਓਪਟ ਕਰਦੇ ਹੈ ਕਿ ਉਹ ਆਊਟ ਆਫ ਜੋਬ ਰਹਿਣਗੇ ਫੋਰ ਏ ਸ਼ੋਰਟ ਪੀਰੀਅਡ, ਤਾਂ ਇਹਨਾਂ ਨੂੰ ਅਸੀਂ ਫ੍ਰਿਕਸ਼ਨਲ ਅਨਇੰਪਲੋਇਮੈਂਟ ਜਿਹੜੀ ਹੈ ਉਹ ਕਹਿ ਦਿੰਦੇ। ਤਾਂ ਜਾਂ ਉਹਨਾਂ ਨੂੰ ਇਹਨਾਂ ਵਿਅਕਤੀਆਂ ਨੂੰ ਮਾਰਕੀਟ ਦੇ ਬਾਰੇ ਇਮਪਰਫੈਕਟ ਇਨਫੋਰਮੇਸ਼ਨ ਹੁੰਦੀ ਹੈ, ਜਾਂ ਜੋਬ ਦੇ ਵਿੱਚ ਸਰਚ ਕਰ ਰਹੇ ਹੁੰਦੇ ਹਨ, ਜਾਂ ਉਹਨਾਂ ਦੀ ਜਿਹੜੀ ਮੈਚਿੰਗ ਹੈ ਉਹ ਸਮੂਥ ਨਹੀਂ ਹੈ। ਦੂਸਰੀ ਜਿਹੜੀ ਅਨਇੰਪਲੋਇਮੈਂਟ ਹੈ ਦੈਟ ਇਜ਼ ਦਾ ਸਟਰਕਚਰਲ ਅਨਇੰਪਲੋਇਮੈਂਟ, ਜਦੋਂ ਸਪਲਾਈ ਅਤੇ ਡਿਮਾਂਡ ਜਿਹੜੀਆਂ ਵੱਖ ਵੱਖ ਤਰ੍ਹਾਂ ਦੀਆਂ ਜੋਬਸ ਨੇ ਉਹਨਾਂ ਵਿੱਚ ਮਿਸਮੈਚ ਹੋ ਗਏ ਤਾਂ ਇਸਨੂੰ ਅਸੀਂ ਸਟਰਕਚਰਲ ਅਨਇੰਪਲੋਇਮੈਂਟ ਕਹਿ ਰਹੇ ਹਾਂ। ਉਦਾਹਰਣ ਦੇ ਤੌਰ 'ਤੇ ਅੱਜ ਕੱਲ੍ਹ ਜਿਹੜੇ ਨੰਬਰ ਆਫ ਇੰਜੀਨੀਅਰਸ ਅਤੇ ਮੈਨੇਜਮੈਂਟ ਪ੍ਰੋਫੈਸ਼ਨਲ ਜਿਹੜੇ ਕਿ ਜੋਬ ਦੀ ਤਲਾਸ਼ ਦੇ ਵਿੱਚ ਹੈਗੇ ਆ, ਜਿੰਨੀਆਂ ਜੋਬਸ ਅਵੇਲੇਬਲ ਨੇ ਉਸ ਨਾਲੋਂ ਜ਼ਿਆਦਾ ਇੰਜੀਨੀਅਰਸ ਅਤੇ ਟੈਕਨੋਕ੍ਰੈਟਸ ਜਿਹੜੇ ਨੇ ਜ਼ਿਆਦਾ, ਜਿਸ ਦੇ ਨਾਲ ਜਿਹੜੀ ਟੈਕਨੀਕਲ ਕੁਆਲੀਫਿਕੇਸ਼ਨ ਹੈ ਜਿਹੜੇ ਉਹ ਲੋਅਰ ਕੁਆਲੀਫਿਕੇਸ਼ਨ ਜਿਹੜੀ ਜੋਬਸ ਨੇ ਉਹਨਾਂ ਨੂੰ ਓਪਟ ਕਰ ਲੈਂਦੇ ਹਨ। ਤਾਂ ਸਟਰਕਚਰਲ ਅਨਇੰਪਲੋਇਮੈਂਟ ਉਦੋਂ ਹੁੰਦੀ ਹੈ ਜਦੋਂ ਕਿ ਇਕੋਨਮੀ ਦੀ ਸਟਰਕਚਰ ਦੇ ਵਿੱਚ ਚੇਂਜ ਹੁੰਦੀ ਹੈ ਅਤੇ ਇਸ ਸਟਰਕਚਰ ਵਿੱਚ ਜਦੋਂ ਚੇਂਜ ਆਉਂਦੀ ਹੈ ਇਸ ਸ਼ਿਫਟਿੰਗ ਦੇ ਵਿੱਚ ਜਿਹੜੀ ਕਿ ਐਡਜਸਟਮੈਂਟ ਨੂੰ ਜਿਹੜਾ ਟਾਈਮ ਲੱਗਦਾ ਹੈ ਤਾਂ ਇਸਨੂੰ ਅਸੀਂ ਸਟਰਕਚਰਲ ਅਨਇੰਪਲੋਇਮੈਂਟ ਕਹਿ ਦਿੰਦੇ। ਕਈ ਜਿਹੜੇ ਐਜੂਕੇਸ਼ਨ ਇੰਸਟੀਟਿਊਸ਼ਨ ਇੰਡੀਆ ਦੇ ਵਿੱਚ ਉਹ ਡਿਸਕੰਟੀਨਿਊਡ ਹੋ ਗਏ, ਮਤਲਬ ਬੰਦ ਹੋ ਗਏ ਅਤੇ ਉਹਨਾਂ ਦੇ ਐਜੂਕੇਸ਼ਨ ਪ੍ਰੋਗਰਾਮ ਜਿਹੜੇ ਨੇ ਉਹ ਇੰਜੀਨੀਅਰਿੰਗ ਪ੍ਰੋਗਰਾਮ ਜਿਹੜੇ ਨੇ ਉਹ ਖਤਮ ਹੋ ਗਏ, ਕਿਉਂਕਿ ਉਹਨਾਂ ਇੰਜੀਨੀਅਰਸ ਨੂੰ ਉਹਨਾਂ ਯੂਐਸਏ ਐਡਮਿਨਿਸਟ੍ਰੇਟਰਸ ਨੂੰ ਜੋਬ ਜਿਹੜੀ ਆ ਉਹ ਨਹੀਂ ਮਿਲ ਰਹੀ। ਤਾਂ ਨੈਕਸਟ ਇਜ਼ ਦਾ ਸਿਕਲਿਕਲ ਅਨਇੰਪਲੋਇਮੈਂਟ। ਇਹ ਸਿਕਲਿਕਲ ਜਾਂ ਜਿਹਨੂੰ ਚੱਕਰੀ ਬੇਰੁਜ਼ਗਾਰੀ ਜਿਹਨੂੰ ਕਹਿੰਦੇ ਹਨ ਇਹ ਉਦੋਂ ਪਾਈ ਜਾਂਦੀ ਹੈ ਜਦੋਂ ਇਕੋਨਮੀ ਦੇ ਵਿੱਚ ਵਪਾਰਿਕ ਉਤਾਰ ਚੜਾਅ ਹੋਣ ਬਿਜ਼ਨਸ ਸਾਈਕਲ ਦੇ ਕਾਰਨ। ਤਾਂ ਜਦੋਂ ਐਗਰੀਗੇਟ ਡਿਮਾਂਡ ਜਿਹੜੀ ਹੈ ਕੁੱਲ ਮੰਗ ਘੱਟ ਜਾਵੇ ਤਾਂ ਜਿਹੜੀ ਹੈ ਲੇਬਰ ਦੀ ਡਿਮਾਂਡ ਵੀ ਘੱਟ ਜਾਂਦੀ ਹੈ ਅਤੇ ਲੇਬਰ ਦੀ ਡਿਮਾਂਡ ਘਟੇਗੀ ਤਾਂ ਲੋਕਾਂ ਨੂੰ ਰੁਜ਼ਗਾਰ ਘੱਟ ਮਿਲੇਗਾ, ਅਨਇੰਪਲੋਇਮੈਂਟ ਜਿਹੜੀ ਇਕੋਨਮੀ ਵਿੱਚ ਹੋਵੇਗੀ। ਜੇ ਇਕੋਨਮੀ ਦੇ ਵਿੱਚ ਬੂਮ ਹੋਵੇ, ਤੇਜ਼ੀ ਕੱਲ੍ਹ ਦਾ ਸਮਾਂ ਹੋਵੇ ਤਾਂ ਮਜ਼ਦੂਰਾਂ ਦੀ ਮੰਗ ਜਿਹੜੀ ਹੈ
ਬਚੇਗੀ ਅਤੇ ਤਾਂ ਅਨਇੰਪਲੋਇਮੈਂਟ ਜਿਹੜੀ ਆ ਉਹ ਘੱਟ ਜਾਏ। ਤਾਂ ਇਸ ਦਾ ਜਿਹੜੀ ਸਿਕਲੀਕਲ ਅਨਇੰਪਲੋਇਮੈਂਟ ਹੈ ਇਹ ਪ੍ਰੋ ਸਿਕਲੀਕਲ ਇਨ ਨੇਚਰ। ਸਾਡੇ ਜਿਹੜੇ ਇੰਪੀਰੀਕਲ ਡਾਟਾ ਇਹ ਸ਼ੋ ਕਰਦੇ ਹੈ ਕਿ ਲੇਬਰ ਫੋਰਸ ਇਕੋਨਮੀ ਦੇ ਵਿੱਚ ਸਾਡੀ ਇਕੋਨਮੀ ਦੇ ਵਿੱਚ ਜ਼ਿਆਦਾ ਮਤਲਬ ਘੱਟ ਹੈ ਦੈਨ ਦਾ ਟੋਟਲ ਪਾਪੂਲੇਸ਼ਨ। ਅਤੇ ਟੋਟਲ ਲੇਬਰ ਫੋਰਸ ਇੰਡੀਆ ਦੇ ਵਿੱਚ ਇੱਕ ਸੋਰਸ ਦੇ ਮੁਤਾਬਕ 50 ਕਰੋੜ ਹੈ ਅਤੇ ਐਸਟੀਮੇਟਿਡ ਪਾਪੂਲੇਸ਼ਨ ਜਿਹੜੀ ਹੈ ਉਹ ਸਾਡੇ ਕੋਲ ਸਾਡੇ ਕੰਟਰੀ ਵਿੱਚ 2020 ਦੇ ਵਿੱਚ 138 ਕਰੋੜ ਸੀ। ਜਿਹੜੇ ਵਿਅਕਤੀ 65 ਸਾਲ ਤੋਂ ਉੱਪਰ ਨੇ ਅਤੇ ਜਿਹੜੇ ਬੱਚੇ 15 ਸਾਲ ਤੋਂ ਘੱਟ ਨੇ ਤਾਂ ਇਸ ਨੂੰ ਜੇ ਅਸੀਂ ਟੋਟਲ ਉਸਦੇ ਵਿੱਚ ਕੰਸੀਡਰ ਨਾ ਕਰੀਏ ਤਾਂ ਅਸੀਂ ਸਾਈਜ਼ ਲੇਬਰ ਫੋਰਸ ਨੂੰ ਟੋਟਲ ਪਾਪੂਲੇਸ਼ਨ ਦੇ ਨਾਲ ਦੇਖੀਏ ਤਾਂ ਜਿਹੜੀ ਰੈਲੇਵੈਂਟ ਰੇਸ਼ੋ ਹੈ ਦੈਟ ਇਜ਼ ਲੇਬਰ ਫੋਰਸ ਪਾਰਟੀਸਪੇਸ਼ਨ ਰੇਟ LFPR ਲੇਬਰ ਫੋਰਸ ਪਾਰਟੀਸਪੇਸ਼ਨ ਰੇਟ ਤਾਂ ਜੇ ਸਾਈਜ਼ ਆਫ ਲੇਬਰ ਫੋਰਸ ਨੂੰ ਅਸੀਂ ਸਾਈਜ਼ ਆਫ ਪਾਪੂਲੇਸ਼ਨ ਜਿਹੜੀ ਕਿ ਅਸੀਂ 16 ਸਾਲ ਤੋਂ ਘੱਟ ਅਤੇ 64 ਸਾਲ ਤੋਂ ਉੱਪਰ ਦੇ ਪਾਪੂਲੇਸ਼ਨ ਨੂੰ ਜੇ ਛੱਡ ਦਈਏ ਤਾਂ ਇਸ ਨਾਲ ਡਿਵਾਈਡ ਕਰ ਦਈਏ ਤਾਂ ਸਾਡੇ ਕੋਲ ਬਣ ਜਾਂਦੀ ਹੈ ਲੇਬਰ ਫੋਰਸ ਪਾਰਟੀਸਪੇਸ਼ਨ ਰੇਟ। ਫਲਿਪਸ ਕਰਮ ਦਾ ਜਿਹੜਾ ਨਾਮ ਹੈ ਇਹ AW ਫਲਿਪਸ ਇੱਕ ਇਕੋਨੋਮਿਸਟ ਸੀ ਉਹਨਾਂ ਦੇ ਨਾਮ 'ਤੇ ਫਲਿਪਸ ਕਰਮ ਕਹਿੰਦੇ ਹੈ। ਇਹ ਜਿਹੜੀ ਫਲਿਪਸ ਕਰਮ ਹੈ ਇਹ ਅਨਇੰਪਲੋਇਮੈਂਟ ਅਤੇ ਇਨਫਲੇਸ਼ਨ ਦੇ ਰਿਲੇਸ਼ਨਸ਼ਿਪ ਨੂੰ ਡਿਸਕ੍ਰਾਈਬ ਕਰ 1958 ਦੇ ਵਿੱਚ ਫਲਿਪਸ ਜਿਹੜਾ ਕਿ ਲੰਡਨ ਸਕੂਲ ਆਫ ਇਕਨੋਮਿਕਸ ਦੇ ਪ੍ਰੋਫੈਸਰ ਸੀਗੇ ਉਹਨਾਂ ਨੇ ਇੱਕ ਸੀਰੀਜ਼ ਡਾਟਾ ਲਿਆ ਟਾਈਮ ਸੀਰੀਜ਼ ਡਾਟਾ ਲਿਆ ਅਨਇੰਪਲੋਇਮੈਂਟ ਅਤੇ ਰੇਟ ਆਫ ਇਨਕਰੀਜ ਇਨ ਨੋਮੀਨਲ ਵੇਜ ਰੇਟ ਯੂਨਾਈਟਿਡ ਕਿੰਗਡਮ ਦੇ ਲਈ 1861 ਤੋਂ 1957 ਦਾ ਡਾਟਾ ਲਿਆ ਅਤੇ ਉਹਨਾਂ ਨੇ ਇਸ ਰਿਲੇਸ਼ਨਸ਼ਿਪ ਨੂੰ ਇਨਫਲੇਸ਼ਨ ਅਤੇ ਅਨਇੰਪਲੋਇਮੈਂਟ ਦੇ ਰਿਲੇਸ਼ਨਸ਼ਿਪ ਨੂੰ ਅਸਟੈਬਲਿਸ਼ ਕਰਨ ਦੀ ਕੋਸ਼ਿਸ਼ ਕੀਤੀ। ਉਹਨਾਂ ਨੇ ਇਹ ਜਿਹੜੀ ਇਕੁਏਸ਼ਨ ਲਈ W ਇਜ ਇਕੁਅਲ ਟੂ A ਮਾਈਨਸ ਵੀ ਯੂ ਇਸ ਦੇ ਵਿੱਚ ਜਿਹੜਾ W ਹੈ ਇਹ ਰੇਟ ਆਫ ਵੇਜ ਇਨਕਰੀਜ A ਅਤੇ B ਜਿਹੜੇ ਨੇ ਕੌਂਸਟੈਂਟ ਨੇ ਅਤੇ ਯੂ ਜਿਹੜਾ ਹੈ ਉਹ ਅਨਇੰਪਲੋਇਮੈਂਟ ਰੇਟ ਹੈ। ਤਾਂ ਫਲਿਪਸ ਨੇ ਇਹ ਪਤਾ ਕੀਤਾ ਕਿ ਇੱਕ ਸਟੇਬਲ ਅਤੇ ਇਨਵਰਸ ਰਿਲੇਸ਼ਨਸ਼ਿਪ ਜਿਹੜਾ ਹੈ ਵੇਜ ਰੇਟ ਅਤੇ ਅਨਇੰਪਲੋਇਮੈਂਟ ਦੇ ਵਿੱਚ ਪਾਇਆ ਜਾਂਦਾ ਅਤੇ ਜਦੋਂ ਲੋਅਰ ਰੇਟ ਆਫ ਅਨਇੰਪਲੋਇਮੈਂਟ ਹੋਵੇ ਮਤਲਬ ਅਨਇੰਪਲੋਇਮੈਂਟ ਦਾ ਰੇਟ ਘੱਟ ਹੋਵੇ ਤਾਂ ਜਿਹੜਾ ਇਹਦੇ ਨਾਲ ਜਿਹੜਾ ਹਾਇਰ ਰੇਟ ਆਫ ਵੇਜ ਜਿਹੜਾ ਹੈ ਉਹ ਹੋਏਗਾ। ਤਾਂ ਉਹਨਾਂ ਨੇ ਵਿਭਾਗ ਦੇ ਵਿੱਚ ਜਿਹੜੀ ਕਈ ਇਕੋਨੋਮਿਸਟ ਨੇ ਫਲਿਪਸ ਨੂੰ ਕੀ ਹੈ ਫੋਲੋ ਕੀਤਾ ਅਤੇ ਇਸ ਦੇ ਨਾਲ ਜਿਹੜਾ ਇੱਕ ਸਟੇਬਲ ਰਿਲੇਸ਼ਨਸ਼ਿਪ ਰਾਈਜ਼ਿੰਗ ਵੇਜ ਰੇਟ ਅਤੇ ਰਾਈਜ਼ਿੰਗ ਪ੍ਰਾਈਸ ਲੈਵਲ ਦੇ ਰਿਲੇਸ਼ਨਸ਼ਿਪ ਨੂੰ ਉਹਨਾਂ ਨੇ ਅਸਟੈਬਲਿਸ਼ ਕੀਤਾ। ਤਾਂ ਫਲਿਪਸ ਨੇ ਇੱਕ ਕਰਵ ਦੇ ਵਿੱਚ ਕੀ ਕੀਤਾ ਕਿ ਰੇਟ ਆਫ ਇਨਕਰੀਜ ਇਨ ਪ੍ਰਾਈਸਿਸ ਦੈਟ ਇਜ਼ ਇਨਫਲੇਸ਼ਨ ਉਹਨਾਂ ਨੇ ਇਸ ਨੂੰ ਯੂਜ਼ ਕੀਤਾ ਵੇਜ ਰੇਟ ਨੂੰ ਛੱਡ ਕੇ ਅਤੇ ਉਹਨਾਂ ਨੇ ਕੀ ਕੀਤਾ ਉਹਨਾਂ ਦੀ ਇੰਪੀਰੀਕਲ ਸਟੱਡੀਜ਼ ਨੇ ਇੱਕ ਇਨਵਰਸ ਰਿਲੇਸ਼ਨਸ਼ਿਪ ਰੇਟ ਆਫ ਇਨਫਲੇਸ਼ਨ ਅਤੇ ਅਨਇੰਪਲੋਇਮੈਂਟ ਦੇ ਵਿੱਚ ਸ਼ੋ ਕੀਤਾ। ਤਾਂ ਉਹਨਾਂ ਨੇ ਕਿਹਾ ਕਿ ਇਕੋਨਮੀ ਜਿਹੜੀ ਹੈ ਦੋਨਾਂ ਦੇ ਦੋਨਾਂ ਨੂੰ ਕਿ ਲੋ ਇਨਫਲੇਸ਼ਨ ਅਤੇ ਲੋ ਅਨਇੰਪਲੋਇਮੈਂਟ ਨੂੰ ਨਹੀਂ ਫੋਲੋ ਕਰ ਸਕਦੀ ਜੇ ਉਹ ਅਨਇੰਪਲੋਇਮੈਂਟ ਨੂੰ ਘਟਾਉਣਾ ਚਾਹੁੰਦੀ ਹੈ
ਤਾਂ ਇਕੋਨਮੀ ਨੂੰ ਹਾਈ ਰੇਟ ਆਫ ਇਨਫਲੇਸ਼ਨ ਜਿਹੜਾ ਹੈ ਉਹ ਟੋਲਰੇਟ ਕਰਨਾ ਪਵੇਗਾ। ਜੇ ਅਨਇੰਪਲੋਇਮੈਂਟ ਘਟਾਉਣਾ ਚਾਹੁੰਦੀ ਹੈ ਤਾਂ ਇਨਫਲੇਸ਼ਨ ਦਾ ਰੇਟ ਕੀ ਹੈ ਘੱਟ ਹੋ ਸਕਦਾ। ਤਾਂ ਫਿਲਿਪਸ ਨੇ ਇਸਨੂੰ ਜਸਟੀਫਾਈ ਕੀਤਾ ਡਿਸਕ੍ਰੀਸ਼ਨਰੀ ਸਟੇਬਲਾਈਜੇਸ਼ਨ ਪੋਲਿਸੀ ਆਫ ਦਾ ਗਵਰਨਮੈਂਟ, ਜਿਸ ਤਰ੍ਹਾਂ 9.1 ਡਾਇਗਰਾਮ ਦੇ ਵਿੱਚ ਅਸੀਂ ਦੇਖ ਰਹੇ ਹਾਂ। ਇਸਦੇ ਵਿੱਚ ਇੱਕ ਟਿਪੀਕਲ ਫਲਿਪਸ ਕਰਵ ਹੈ। ਇਸਦੇ ਵਿੱਚ ਮੰਨ ਲਓ ਇਕੋਨਮੀ ਜਿਹੜੀ ਹੈ ਇਹ ਪੁਆਇੰਟ 'ਤੇ ਓਪਰੇਟ ਕਰ ਰਹੀ ਹੈ, ਇਹ ਪੁਆਇੰਟ 'ਤੇ ਓਪਰੇਟ ਕਰ ਰਹੀ ਹੈ ਤਾਂ Φ1 ਇੱਕ ਇਨਫਲੇਸ਼ਨ ਰੇਟ ਹੈ। ਇਸ ਇਨਫਲੇਸ਼ਨ ਰੇਟ ਦੇ ਉੱਤੇ ਅਨਇੰਪਲੋਇਮੈਂਟ ਰੇਟ ਜਿਹੜਾ ਹੈ ਉਹ U1 ਹੈ। ਜੇ ਗੌਰਮੈਂਟ ਇਸ ਅਨਇੰਪਲੋਇਮੈਂਟ ਰੇਟ ਨੂੰ ਘਟਾਉਣਾ ਚਾਹੁੰਦੀ ਹੈ, U1 ਤੋਂ U2 ਕਰਨਾ ਚਾਹੁੰਦੀ ਹੈ, ਤਾਂ ਇਕੋਨਮੀ ਦੇ ਵਿੱਚ ਜਿਹੜਾ ਇਨਫਲੇਸ਼ਨ ਹੈ ਉਹ Φ1 ਤੋਂ ਵੱਧ ਕੇ ਕੀ ਹੋਏਗਾ, Φ2 ਹੋਏਗਾ। ਤਾਂ 1960 ਦੇ ਦਸ਼ਕ ਦੇ ਵਿੱਚ ਅਤੇ ਅਰਲੀ 1970 ਦੇ ਵਿੱਚ ਫਲਿਪਸ ਕਰਵ ਨੂੰ ਇੱਕ ਇੰਪੋਰਟੈਂਟ ਟੂਲ ਦੇ ਤੌਰ 'ਤੇ ਪੋਲਿਸੀ ਮੇਕਰ ਦੇ ਲਈ ਜਿਹੜਾ ਹੈ ਕੰਸਿਡਰ ਕੀਤਾ ਗਿਆ। ਤਾਂ ਇਸਦੀ ਜਿਹੜੀ ਪ੍ਰਸਕ੍ਰਿਪਸ਼ਨ ਹੈ ਉਹ ਬੜੀ ਸਿੰਪਲ ਸੀ ਅਤੇ ਸਟੇਟ ਫਾਰਵਰਡ ਸੀ। ਤਾਂ ਡਿਊਰਿੰਗ ਪੀਰੀਅਡਸ ਆਫ ਹਾਈ ਅਨਇੰਪਲੋਇਮੈਂਟ, ਜੇ ਅਨਇੰਪਲੋਇਮੈਂਟ ਦਾ ਰੇਟ ਜ਼ਿਆਦਾ ਹੋਵੇ ਤਾਂ ਗੌਰਮੈਂਟ ਜਿਹੜੀ ਹੈ ਐਕਸਪੈਂਸ਼ਨਰੀ ਮੋਨਟਰੀ ਪੋਲਿਸੀ, ਮਤਲਬ ਰੇਟ ਆਫ ਇੰਟਰਸਟ ਘਟਾ ਕੇ ਫੋਲੋ ਕਰ ਸਕਦੀ ਹੈ, ਜਿਹਦੇ ਨਾਲ ਮਨੀ ਜਿਹੜੀ ਹੈ ਲੋਕਾਂ ਦੇ ਹੱਥਾਂ ਵਿੱਚ ਜ਼ਿਆਦਾ ਹੋਏ। ਜਦੋਂ ਲੋਕਾਂ ਦੇ ਕੋਲ ਪੈਸੇ ਜ਼ਿਆਦਾ ਹੋਏਗੀ ਤਾਂ ਉਹਦੇ ਨਾਲ ਸਪਲਾਈ ਆਫ ਮਨੀ ਇਨਕਰੀਜ ਹੋ ਜਾਏਗਾ ਅਤੇ ਇਨਫਲੇਸ਼ਨ ਜਿਹੜੀ ਹੈ ਉਹ ਵੱਧ ਜਾਏਗੀ। ਅਤੇ ਜਦੋਂ ਉਹ ਅਨਇੰਪਲੋਇਮੈਂਟ ਨੂੰ ਘਟਾਉਣਾ ਚਾਹੁੰਦੀ ਹੈ ਤਾਂ ਇਸ ਤੋਂ ਉਲਟ, ਤਾਂ ਡਿਊਰਿੰਗ ਪੀਰੀਅਡਸ ਆਫ ਇਨਫਲੇਸ਼ਨ ਜੇ ਮੁਦਰਾ ਸਫੀਤੀ ਦਰ ਹੋਵੇ ਤਾਂ ਗੌਰਮੈਂਟ ਜਿਹੜੀ ਹੈ ਕੰਟਰੈਕਸ਼ਨਰੀ ਇਕਨੋਮਿਕ ਪੋਲਿਸੀਜ਼ ਨੂੰ ਅਡੋਪਟ ਕਰ ਸਕਦੀ ਹੈ ਤਾਂ ਕਿ ਇਨਫਲੇਸ਼ਨ ਨੂੰ ਘਟਾਇਆ ਜਾ ਸਕੇ। ਇਸੇ ਨਾਲ ਜਿਹੜੀ ਕੋਸਟ ਹੋਏਗੀ ਅਤੇ ਅਨਇੰਪਲੋਇਮੈਂਟ ਦਾ ਰੇਟ ਕੀ ਹੈ ਉਹ ਜ਼ਿਆਦਾ ਹੋਏਗਾ। ਤਾਂ ਇਸ ਤਰ੍ਹਾਂ ਇਕੋਨੋਮਿਸਟ ਜਿਹੜੇ ਨੇ ਬਿਲੀਵ ਕਰਦੇ ਆ ਕਿ ਦੇਰ ਇਜ਼ ਅ ਟ੍ਰੇਡ ਆਫ ਬਿਟਵੀਨ ਇਨਫਲੇਸ਼ਨ ਐਂਡ ਅਨਇੰਪਲੋਇਮੈਂਟ। ਇਕੋਨਮੀ ਦੇ ਵਿੱਚ ਕਿੰਨਾ ਕੁ ਇਨਫਲੇਸ਼ਨ ਅਤੇ ਕਿੰਨੀ ਕੁ ਅਨਇੰਪਲੋਇਮੈਂਟ ਦਾ ਰੇਟ ਪੋਲਿਸੀ ਹੋਲਡਰਸ ਨੇ ਬਰਦਾਸ਼ਤ ਕਰਨਾ ਹੈ ਜਾਂ ਕਿਸੇ ਵੀ ਇਕੋਨਮੀ ਨੇ ਬਰਦਾਸ਼ਤ ਕਰਨਾ ਹੈ ਇਹ ਉਹਨਾਂ 'ਤੇ ਡਿਪੈਂਡ ਕਰਦਾ। ਲੇਟ 70s ਦੇ ਵਿੱਚ ਅਤੇ ਅਰਲੀ 80s ਦੇ ਵਿੱਚ ਤਾਂ ਇਸ ਤਰ੍ਹਾਂ ਦਾ ਜਿਹੜਾ ਬਿਲੀਫ ਹੈ ਇਹ ਸ਼ੈਟਰਡ ਹੋ ਗਿਆ। ਜਿਹੜੀ ਫਲਿਪਸ ਕਰ ਦੀ ਪਰਸੈਪਸ਼ਨ ਸੀ ਉਹ ਕੰਮ ਕਰਨਾ ਬੰਦ ਕਰ ਗਈ ਅਤੇ ਇਕੋਨੋਮਿਸਟ ਨੇ ਹਾਈ ਇਨਫਲੇਸ਼ਨ ਅਤੇ ਅਨਇੰਪਲੋਇਮੈਂਟ ਦੋਨਾਂ ਨੂੰ ਫੇਸ ਕੀਤਾ। ਇਹ ਕੀਮਤ ਵੀ ਵੱਧ ਗਈ ਅਤੇ ਅਨਇੰਪਲੋਇਮੈਂਟ ਵੀ ਵੱਧ ਗਈ। ਜਦੋਂ ਅਨਇੰਪਲੋਇਮੈਂਟ ਇਨਕਰੀਜ਼ ਹੋ ਗਈ ਤਾਂ ਆਊਟਪੁੱਟ ਜਿਹੜੀ ਹੈ ਘੱਟ ਗਈ, ਤਾਂ ਇਹਦੇ ਨਾਲ ਜਿਹੜੀ ਹੈ ਅਰਥ ਵਿਵਸਥਾ ਵਿੱਚ ਸਟੈਗਨੇਸ਼ਨ ਆ ਗਈ, ਸਥਿਰਤਾ ਆ ਗਈ ਅਤੇ ਗੌਰਮੈਂਟ ਨੇ ਕੇਨੀਅਨ ਪੋਲਿਸੀ ਜਿਹੜੀ ਹੈ ਉਹ ਫੋਲੋ ਕਰਨ ਦੀ ਕੋਸ਼ਿਸ਼ ਕੀਤੀ। ਗੌਰਮੈਂਟ ਨੇ ਹਾਇਰ ਗੌਰਮੈਂਟ ਐਕਸਪੈਂਡੀਚਰ ਕਰਕੇ ਐਗਰੀਗੇਟ ਡਿਮਾਂਡ ਜਿਹੜੀ ਹੈ ਵਧਾ ਤੀ। ਐਗਰੀਗੇਟ ਡਿਮਾਂਡ ਜਦੋਂ ਵੱਧ ਗਈ ਤਾਂ ਇਨਫਲੇਸ਼ਨ ਜਿਹੜੀ ਹੈ ਉਹ ਵੱਧ ਗਈ। ਇਸ ਤਰ੍ਹਾਂ ਬਹੁਤ ਸਾਰੇ ਕੰਟਰੀਜ਼ ਨੇ ਇਨਫਲੇਸ਼ਨ ਵੀ ਹੋ ਗਈ ਅਨਇੰਪਲੋਇਮੈਂਟ ਵੀ ਹੋ ਗਈ, ਅਤੇ ਜਦੋਂ ਇਨਫਲੇਸ਼ਨ ਵੀ ਹੋਵੇ ਅਨਇੰਪਲੋਇਮੈਂਟ ਵੀ ਹੋਵੇ ਤਾਂ ਇਸਨੂੰ ਸਟੈਗਫਲੇਸ਼ਨ ਜਿਹੜਾ ਹੈ ਉਹ ਕਹਿੰਦੇ। ਤਾਂ ਸਟੈਗਫਲੇਸ਼ਨ ਕੰਬੀਨੇਸ਼ਨ ਹੈ ਸਟੈਗਨੇਸ਼ਨ ਸਥਿਰਤਾ ਅਤੇ ਇਨਫਲੇਸ਼ਨ। ਤਾਂ ਇਸ ਸਟੈਗਫਲੇਸ਼ਨ ਦਾ ਜਿਹੜਾ ਰੀਜ਼ਨ ਸੀਗਾ ਉਹ ਸੀਗਾ ਓਇਲ ਕ੍ਰਾਈਸਿਸ, ਤੇਲ ਦਾ ਸੰਕਟ, ਜਿਹਨੂੰ ਅਸੀਂ ਜਿਹੜਾ ਕਿ 1973 ਤੋਂ 79 ਦੇ ਵਿੱਚ ਸੀਗਾ। ਤਾਂ ਸਟੈਗਫਲੇਸ਼ਨ ਦੇ ਨਾਲ ਇਕੋਨੋਮਿਸਟ ਕੋਲ ਬਹੁਤ ਸਾਰੇ
ਕੁਐਸਚਨ ਸੀਗੇ ਕਿ ਕਿਵੇਂ ਅਸੀਂ ਐਕਸਪਲੋਰ ਕਰੀਏ ਕਿ ਸਟੈਗਫਲੇਸ਼ਨ ਦੇ ਜਿਹੜੇ ਕਾਰਨ ਕੀ ਸੀ। ਹੁਣ ਨੈਚੁਰਲ ਰੇਟ ਆਫ ਅਨਇੰਪਲੋਇਮੈਂਟ, ਇਹ ਨੈਚੁਰਲ ਰੇਟ ਆਫ ਅਨਇੰਪਲੋਇਮੈਂਟ ਕੀ ਹੁੰਦਾ? ਕਲਾਸੀਕਲ ਇਕੋਨੋਮਿਸਟ ਈਵਨ ਕੇਨਸ ਈਵਨ ਬਹੁਤ ਸਾਰੇ ਹੋਰ ਸਕੂਲ ਆਫ ਥੋਟ ਇਕਨੋਮਿਕ ਥੋਟ ਫੁੱਲ ਇੰਪਲਾਇਮੈਂਟ ਦੀ ਗੱਲ ਕਰਦੇ, ਜਿਸ ਦਾ ਮਤਲਬ ਹੈ ਸਾਰੇ ਵਰਕਰਸ ਨੂੰ ਇਕੋਨਮੀ ਦੇ ਵਿੱਚ ਇੰਪਲਾਇਮੈਂਟ ਮਿਲੀ। ਤਾਂ ਕਿ ਇਸ ਤਰ੍ਹਾਂ ਦੀ ਸਿਚੁਏਸ਼ਨ ਜਿਹੜੀ ਹੈ ਉਹ ਹੋ ਸਕਦੀ ਹੈ, ਅਚੀਵ ਕੀਤੀ ਜਾ ਸਕਦੀ ਹੈ। ਜਦੋਂ ਇੱਕ ਇਕੋਨਮੀ ਦੇ ਵਿੱਚ ਫੁੱਲ ਇੰਪਲਾਇਮੈਂਟ ਦਾ ਲੈਵਲ ਹੋਵੇ, ਫੁੱਲ ਇੰਪਲਾਇਮੈਂਟ ਦਾ ਲੈਵਲ ਦਾ ਮਤਲਬ ਇਕੋਨਮੀ ਦੇ ਵਿੱਚ ਜ਼ੀਰੋ ਅਨਇੰਪਲਾਇਮੈਂਟ। ਅਤੇ ਅੱਜ ਕੱਲ੍ਹ ਇਕੋਨਮੀ ਦੇ ਵਿੱਚ ਇਮਪਰਫੈਕਸ਼ਨਸ ਹੈ ਮਾਰਕੀਟ ਦੇ ਵਿੱਚ, ਵੇਜ ਰੇਟ ਦੇ ਵਿੱਚ ਰਿਜਿਡਿਟੀ ਹੈ, ਸਥਿਰਤਾ ਹੈ, ਫਲੈਕਸੀਬਿਲਿਟੀ ਨਹੀਂ ਹੈ। ਪ੍ਰਾਈਸ ਲੈਵਲ ਦੇ ਵਿੱਚ ਰਿਜਿਡਿਟੀ, ਮਤਲਬ ਕਿ ਕੀਮਤਾਂ ਜਿਹੜੀਆਂ ਨੇ ਸਥਿਰ ਨੇ, ਵੇਜ ਰੇਟ ਜਿਹੜੇ ਨੇ ਸਥਿਰ ਨੇ, ਕਿਉਂਕਿ ਵਰਕਰ ਦੇ ਇੰਪਲੋਇਰ ਦੇ ਨਾਲ ਕੰਟੈਕਟ ਹੋ ਜਾਂਦਾ। ਅਤੇ ਇਕੋਨਮੀ ਦੇ ਵਿੱਚ ਬਹੁਤ ਸਾਰੀਆਂ ਫ੍ਰਿਕਸ਼ਨਸ ਨੇ, ਤਾਂ ਇਹਨਾਂ ਸਾਰੀਆਂ ਹਾਲਤਾਂ ਦੇ ਵਿੱਚ ਜ਼ੀਰੋ ਅਨਇੰਪਲਾਇਮੈਂਟ ਦਾ ਹੋਣਾ ਜਾਂ ਪ੍ਰਾਪਤ ਕਰਨਾ ਬਹੁਤ ਮੁਸ਼ਕਲ। ਉਦਾਹਰਣ ਦੇ ਤੌਰ 'ਤੇ ਕਿਸੇ ਵੀ ਨਿਸ਼ਚਿਤ ਸਮੇਂ ਦੇ ਉੱਤੇ ਕੁਛ ਵਰਕਰ ਜਿਹੜੇ ਨੇ ਉਹ ਟ੍ਰਾਂਜੀਸ਼ਨ ਫੇਜ ਦੇ ਵਿੱਚ ਹੁੰਦੇ ਹੈ, ਉਹ ਇੱਕ ਜੋਬ ਨੂੰ ਛੱਡ ਕੇ ਦੂਸਰੀ ਜੋਬ ਦੀ ਤਲਾਸ਼ ਦੇ ਵਿੱਚ ਮੂਵ ਕਰਦੇ ਆ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਦੇ ਵਿੱਚ, ਤਾਂ ਜਿਹਨੂੰ ਅਸੀਂ ਫ੍ਰਿਕਸ਼ਨਲ ਅਨਇੰਪਲਾਇਮੈਂਟ ਕਹਿ ਦਿੰਦੇ। ਤਾਂ ਇਸ ਤਰ੍ਹਾਂ ਹੀ ਕੁਛ ਵਰਕਰਸ ਨੂੰ ਜੋਬ ਨਹੀਂ ਮਿਲਦੀ, ਕਿਉਂਕਿ ਜੋ ਉਹਨਾਂ ਕੋਲ ਸਕਿੱਲ ਹੁੰਦੀ ਹੈ, ਨਿਪੁੰਨਤਾ ਹੁੰਦੀ ਹੈ, ਤਾਂ ਉਸ ਸਕਿੱਲ ਦੀ ਜਿਹੜੀ ਜੋਬ ਹੈ ਮਾਰਕੀਟ ਦੇ ਵਿੱਚ ਜੋਬ ਉਪਲਬਧ ਨਹੀਂ ਹੁੰਦੀ, ਜਿਸ ਨੂੰ ਅਸੀਂ ਸਟਰਕਚਰਲ ਅਨਇੰਪਲਾਇਮੈਂਟ ਜਿਹੜੀ ਹੈ ਕਹਿ ਦਿੰਦੇ। ਤਾਂ ਇਹ ਜਿਹੜੀ ਫ੍ਰਿਕਸ਼ਨਲ ਅਤੇ ਜਿਹੜੀ ਸਟਰਕਚਰਲ ਅਨਇੰਪਲਾਇਮੈਂਟ ਹੈ, ਤਾਂ ਇਸ ਦੇ ਨਾਲ ਨੂੰ ਦੇਖਦੇ ਹੋਏ ਇੱਕ ਨਵਾਂ ਕਨਸੈਪਟ ਜਿਹੜਾ ਹੈ ਉਹ ਨੈਚੁਰਲ ਰੇਟ ਆਫ ਅਨਇੰਪਲਾਇਮੈਂਟ ਇੰਟਰੋਡਿਊਸ ਹੋਇਆ 1960 ਦੇ ਵਿੱਚ, ਜਿਸ ਕਨਸੈਪਟ ਨੂੰ ਮਿਲਟਨ ਫ੍ਰੀਡਮੈਨ ਨੇ ਅਤੇ ਐਡਮੰਡ ਫੈਲਪ ਉਹਨਾਂ ਨੇ ਦਿੱਤਾ। ਤਾਂ ਉਹ ਨੈਚੁਰਲ ਰੇਟ ਆਫ ਅਨਇੰਪਲਾਇਮੈਂਟ ਕਿਹਨੂੰ ਕਹਿੰਦੇ ਹਨ? ਜਿਸ ਦੇ ਵਿੱਚ ਅਸੀਂ ਫ੍ਰਿਕਸ਼ਨਲ ਅਨਇੰਪਲਾਇਮੈਂਟ ਅਤੇ ਇਕੋਨਮੀ ਦੇ ਵਿੱਚ ਜਿਹੜੀਆਂ ਇਮਪਰਫੈਕਸ਼ਨਸ ਨੇ, ਤਾਂ ਉਹਦੇ ਕਾਰਨ ਜਿਹੜੀ ਸਟਰਕਚਰਲ ਅਨਇੰਪਲਾਇਮੈਂਟ ਹੁੰਦੀ ਹੈ ਇਸ ਨੂੰ ਸ਼ਾਮਿਲ ਕਰਦੇ। ਅਤੇ ਉਹ ਅਜਿਊਮ ਕਰਦੇ ਹਨ ਕਿ ਇਹ ਇੱਕ ਕੁਦਰਤੀ ਹੈ ਕਿਸੇ ਵੀ ਅਰਥ ਵਿਵਸਥਾ ਦੇ ਵਿੱਚ, ਕਿ ਕੁਛ ਹੱਦ ਤੱਕ ਜਿਹੜੀ ਹੈ ਕੁਛ ਫਰੈਕਸ਼ਨ ਆਫ ਲੇਬਰ ਫੋਰਸ ਜਿਹੜੇ ਨੇ ਅਨਇੰਪਲਾਇਡ ਹੋਣਗੇ ਐਟ ਏ ਪੁਆਇੰਟ ਆਫ ਟਾਈਮ। ਤਾਂ ਅਸੀਂ ਓਬਜ਼ਰਵ ਕਰਦੇ ਹਾਂ ਕਿ ਕਿਸੇ ਵੀ ਬੇਰੁਜ਼ਗਾਰੀ ਦੇ ਪੱਧਰ ਦੇ ਉੱਤੇ ਇਹ ਨੈਚੁਰਲ ਨਹੀਂ ਹੈ ਕਿ ਬਿਜ਼ਨਸ ਸਾਈਕਲ ਦੇ ਕਾਰਨ ਅਤੇ ਪੋਲਿਸੀ ਰਿਲੇਟਿਡ ਦੇ ਕਾਰਨ ਕਿ ਸਾਰੇ ਲੋਕਾਂ ਨੂੰ ਰੁਜ਼ਗਾਰ ਜਿਹੜਾ ਹੈ ਮਿਲਿਆ ਹੋਣਾ। ਤਾਂ ਇੰਪੀਰੀਕਲ ਪਰਪਸ ਦੇ ਲਈ ਨੈਚੁਰਲ ਰੇਟ ਆਫ ਅਨਇੰਪਲਾਇਮੈਂਟ ਕੀ ਹੈ? ਕਿ ਟੋਟਲ ਆਫ ਫ੍ਰਿਕਸ਼ਨਲ ਅਨਇੰਪਲਾਇਮੈਂਟ ਐਂਡ ਸਟਰਕਚਰਲ ਅਨਇੰਪਲਾਇਮੈਂਟ ਇਨ ਐਨ ਇਕੋਨਮੀ। ਜੇ ਅਸੀਂ ਸਟਰਕਚਰਲ ਅਤੇ ਫ੍ਰਿਕਸ਼ਨਲ ਅਨਇੰਪਲਾਇਮੈਂਟ ਦੋਨਾਂ ਨੂੰ ਇਕੱਠਾ ਕਰਦੇ ਹਾਂ, ਤਾਂ ਦੈਟ ਬਿਕਮਸ ਅ ਨੈਚੁਰਲ ਰੇਟ ਆਫ ਅਨਇੰਪਲਾਇਮੈਂਟ। ਇਹ ਇੱਕ ਕੰਟਰੀ ਤੋਂ ਦੂਸਰੇ ਕੰਟਰੀ 'ਤੇ ਇਹ ਅਲੱਗ ਅਲੱਗ ਹੈ। ਜਿਸ ਤਰ੍ਹਾਂ US ਇਕੋਨਮੀ ਦੇ ਵਿੱਚ ਨੈਚੁਰਲ ਰੇਟ ਆਫ ਇੰਪਲਾਇਮੈਂਟ ਉਹ ਲਗਭਗ 3.5 ਤੋਂ 4.5%
ਦਾ ਇੱਕ ਐਸਟੀਮੇਟ ਹੈ। ਲੇਕਿਨ ਕਈ ਕੰਟਰੀ ਜਿਹੜੇ ਨੇ ਇਸ ਨੈਚੁਰਲ ਰੇਟ ਆਫ ਅਨਇੰਪਲਾਇਮੈਂਟ ਨੂੰ ਰਿਪੋਰਟ ਨਹੀਂ ਕਰ, ਤਾਂ ਹੁਣ ਜਿਹੜੀ ਹੈ ਐਕਸਪੈਕਟੇਸ਼ਨਸ ਇਨ ਇਕਨੋਮਿਕਸ, ਐਕਸਪੈਕਟੇਸ਼ਨਸ ਕੀ ਹੁੰਦੀਆਂ ਇਹਨੂੰ ਅਸੀਂ ਸੰਭਾਵਨਾ ਕਹਿੰਦੇ ਹਾਂ। ਜਿਹੜੀਆਂ ਐਕਸਪੈਕਟੇਸ਼ਨਸ ਨੇ ਜਾਂ ਸੰਭਾਵਨਾ ਨੇ ਕਿਸੇ ਵੀ ਫੈਸਲੇ ਲੈਣ ਦੇ ਵਿੱਚ, ਡਿਸੀਜ਼ਨ ਮੇਕਿੰਗ ਦੇ ਵਿੱਚ ਇੱਕ ਮਹੱਤਵਪੂਰਨ ਰੋਲ ਅਦਾ ਕਰਦੇ। ਜਿਸ ਤਰ੍ਹਾਂ ਬਰਸਾਤ ਦੇ ਦਿਨਾਂ ਵਿੱਚ ਜਦੋਂ ਅਸੀਂ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ 'ਤੇ ਮੂਵ ਕਰਦੇ ਹਾਂ ਤਾਂ ਅਸੀਂ ਆਪਣੀ ਸਕਾਈ ਵੱਲ ਦੇਖਦੇ ਹਾਂ ਕਿ ਮੌਸਮ ਕਿਹੋ ਜਿਹਾ, ਅਸੀਂ ਵੈਦਰ ਫੋਰਕਾਸਟ ਨੂੰ ਸੁਣਦੇ ਹਾਂ ਜਾਂ ਦੇਖਦੇ ਹਾਂ, ਅਤੇ ਜੇ ਅਸੀਂ ਐਕਸਪੈਕਟ ਕਰਦੇ ਹੋਈਏ ਕਿ ਅੱਜ ਦਿਨ ਦੇ ਵਿੱਚ ਬਰਸਾਤ ਹੋਏਗੀ ਤਾਂ ਅਸੀਂ ਆਪਣੇ ਨਾਲ ਬਰਸਾਤ ਤੋਂ ਬਚਣ ਦੇ ਲਈ ਕੋਈ ਨਾ ਕੋਈ ਉਪਰਾਲਾ ਕਰਦੇ ਹਾਂ, ਅੰਬਰੈਲਾ ਜਾਂ ਰੇਨਕੋਟ ਜਾਂ ਕੁਛ ਨਾ ਕੁਛ ਕਰਦੇ ਹਾਂ। ਜੇ ਅਸੀਂ ਐਕਸਪੈਕਟ ਕਰਦੇ ਹਾਂ ਕਿ ਰੇਨ ਜ਼ਿਆਦਾ ਹੋਏਗੀ ਜਾਂ ਬਹੁਤ ਮੌਸਮ ਖਰਾਬ ਹੋਏਗਾ ਤਾਂ ਈਵਨ ਗੌਰਮੈਂਟ ਵੀ ਅਨਾਊਂਸ ਕਰ ਦਿੰਦੀ ਹੈ ਕਿ ਦੈਟ ਯੂ ਸਟੇ ਐਟ ਹੋਮ, ਜਾਂ ਅਸੀਂ ਕੋਈ ਅਰੇਂਜਮੈਂਟ ਕਰਦੇ ਹਾਂ। ਇਸ ਤਰ੍ਹਾਂ ਹੀ ਕਿਸੇ ਵੀ ਅਰਥਵਿਵਸਥਾ ਦੇ ਜਿਹੜੇ ਇਕਨੋਮਿਕ ਏਜੰਟਸ ਨੇ, ਇਕਨੋਮਿਕ ਏਜੰਟਸ ਕੀ ਹੁੰਦੇ ਆ, ਹਾਊਸ ਹੋਲਡ ਫਰਮਸ ਐਂਡ ਗੌਰਮੈਂਟ, ਕਿਸੇ ਵੀ ਇਕੋਨਮੀ ਦੇ ਹਾਊਸ ਹੋਲਡਸ ਫਰਮਸ ਅਤੇ ਗੌਰਮੈਂਟ, ਇਹਨਾਂ ਨੂੰ ਅਸੀਂ ਇਕਨੋਮਿਕ ਏਜੰਟਸ ਕਹਿ ਦਿੰਦੇ। ਇਹਨਾਂ ਦੀ ਇਹ ਐਕਸਪੈਕਟੇਸ਼ਨਸ ਹੁੰਦੀਆਂ ਫਰੋਮ ਦਾ ਇਕਨੋਮਿਕ ਵੇਰੀਏਬਲਸ, ਜਿਸ ਤਰ੍ਹਾਂ ਪ੍ਰਾਈਸਿਸ ਕਿੰਨੀਆਂ ਹੋਣਗੀਆਂ ਆਉਣ ਵਾਲੇ ਸਮੇਂ ਦੇ ਵਿੱਚ, ਡਿਮਾਂਡ ਕਿੰਨੀ ਹੋਏਗੀ ਜਾਂ ਗੌਰਮੈਂਟ ਦੀ ਪੋਲਿਸੀ ਕਿਹੋ ਜਿਹੀ ਹੋਏਗੀ, ਤਾਂ ਇਹਨਾਂ ਬਾਰੇ ਉਹ ਅੰਦਾਜ਼ਾ ਲਗਾਉਂਦੇ ਕਿ ਆਉਣ ਵਾਲੇ ਸਮੇਂ 'ਚ ਕੀਮਤ ਵਧੇਗੀ, ਡਿਮਾਂਡ ਘਟੇਗੀ ਜਾਂ ਵਧੇਗੀ, ਜਾਂ ਗੌਰਮੈਂਟ ਆਪਣੀ ਪੋਲਿਸੀ ਜਿਹੜੀ ਆ ਉਹ ਚੇਂਜ ਕਰੇਗੀ ਜਾਂ ਨਹੀਂ ਕਰੇਗੀ, ਤਾਂ ਉਸਦੇ ਮੁਤਾਬਕ ਜਿਹੜੇ ਇਕਨੋਮਿਕ ਏਜੰਟਸ ਨੇ, ਜਿਹੜੀਆਂ ਫਰਮਸ ਨੇ, ਗੌਰਮੈਂਟ ਹੈ ਦੀਆਂ ਜਿਹੜੀਆਂ ਪਬਲਿਕ ਅੰਡਰਟੇਕਿੰਗਸ ਨੇ, ਜਾਂ ਜਿਹੜੇ ਹਾਊਸ ਹੋਲਡਸ ਨੇ ਆਪਣੇ ਜਿਹੜੇ ਮਹੱਤਵਪੂਰਨ ਇਕਨੋਮਿਕ ਡਿਸੀਜਨ ਜਿਹੜੇ ਨੇ ਲੈਂਦੇ ਆ, ਜੇ ਪ੍ਰੋਡਿਊਸਰ ਇਹ ਐਕਸਪੈਕਟ ਕਰੇ ਕਿ ਉਹਨਾਂ ਦੀ ਜਿਹੜੀ ਵਸਤੂ ਦੀ ਡਿਮਾਂਡ ਜਿਹੜੀ ਹੈ ਉਹ ਆਉਣ ਵਾਲੇ ਸਮੇਂ ਵਿੱਚ ਵਧੇਗੀ, ਤਾਂ ਉਹ ਉਸਦੇ ਅਕੋਰਡਿੰਗਲੀ ਪਲੈਨ ਕਰਨਗੇ, ਆਪਣੀ ਪ੍ਰੋਡਕਸ਼ਨ ਕਪੈਸਿਟੀ ਨੂੰ ਇਨਕਰੀਜ ਕਰਨਗੇ। ਤਾਂ ਕਈ ਜਿਹੜੇ ਫੈਕਟਰਸ ਨੇ, ਜਿਸ ਤਰ੍ਹਾਂ ਕਿ ਪ੍ਰੋਡਕਸ਼ਨ ਜਿਹੜੀ ਟੈਕਨੋਲੋਜੀ ਹੈ ਉਹਦੀ ਕਿੰਨੀ ਕੁ ਐਡਵਾਂਸਮੈਂਟ ਹੋਏਗੀ, ਤਾਂ ਉਹ ਕੀ ਹੈ ਨਵੀਂ ਜਿਹੜੀ ਮਸ਼ੀਨਰੀ ਹੈ ਉਹ ਲਗਾਉਣਗੇ ਪੁਰਾਣੀ ਮਸ਼ੀਨਰੀ ਨੂੰ ਛੱਡ ਕੇ, ਤਾਂ ਨਵੇਂ ਸਬਸਟੀਚਿਊਟਸ ਜਿਹੜੇ ਨੇ ਆਉਣ ਵਾਲੇ ਸਮੇਂ ਦੇ ਵਿੱਚ ਕਿੰਨੇ ਅਪੀਅਰ ਹੋਣਗੇ, ਉਹਦੇ ਨਾਲ ਆਊਟਪੁੱਟ ਦੇ ਡਿਮਾਂਡ 'ਤੇ ਕੀ ਇਫੈਕਟ ਹੋਏਗਾ, ਤਾਂ ਇੰਡਸਟਰੀਅਲ ਲੇਬਰ ਟ੍ਰੇਡ ਅਤੇ ਟੈਕਸ ਪੋਲਿਸੀ ਦੇ ਵਿੱਚ ਜਿਹੜੀ ਹੈ ਉਹ ਕਿੰਨੀਆਂ ਕੁ ਚੇਂਜਿਸ ਹੋਣਗੀਆਂ, ਤਾਂ ਜਿਹਦੇ ਨਾਲ ਰੈਵਨਿਊ ਅਤੇ ਕੋਸਟ 'ਤੇ ਇਫੈਕਟ ਹੋਏਗਾ, ਤਾਂ ਯੁੱਧ ਦੀ ਕਿੰਨੀ ਕੁ ਸੰਭਾਵਨਾ ਹੈ, ਟ੍ਰੇਡ ਐਮਬੈਰਗੋ ਅਤੇ ਜਿਹੜੀ ਹੈ ਇੰਟਰਨੈਸ਼ਨਲ ਰਿਲੇਸ਼ਨਸ ਦੇ ਵਿੱਚ ਕੀ ਚੇਂਜਿਸ ਆ ਰਹੀ ਹੈ, ਜਿਸ ਤਰ੍ਹਾਂ UK ਦੀ ਰਸ਼ੀਆ ਦੇ ਨਾਲ ਲੜਾਈ ਹੋਈ, ਇਹਦੇ ਨਾਲ ਪੂਰੀ ਵਰਲਡ ਦੀ ਜਿਹੜੀ ਇਕੋਨਮੀ ਹੈ ਉਹਦਾ ਸਿਨੇਰੀਓ ਜਿਹੜਾ ਹੈ ਉਹ ਚੇਂਜ ਹੋ ਰਿਹਾ। ਤਾਂ ਜੇ ਇਸੇ ਤਰ੍ਹਾਂ ਵਰਕਰਸ ਐਕਸਪੈਕਟ ਕਰਦੇ ਹਾਂ ਕਿ ਡਿਮਾਂਡ ਫੋਰ ਲੇਬਰ ਜਿਹੜੀ ਹੈ ਇਨਕਰੀਜ ਹੋਏਗੀ, ਤਾਂ ਉਹ ਜਿਹੜੀ ਹੈ ਆਪਣੇ ਜਿਹੜੇ ਬੇਸਿਸ ਨੇ ਉਹ ਕੀ ਹੈ ਇਨਕਰੀਜ ਕਰਨ ਦੀ ਡਿਮਾਂਡ ਕਰਦੇ ਆ, ਤਾਂ ਦੂਸਰੇ ਪਾਸੇ ਜੇ ਡਿਮਾਂਡ ਫੋਰ ਲੇਬਰ ਜਿਹੜੀ ਹੈ ਡਿਕਲਾਈਨ ਹੋਵੇ, ਤਾਂ ਉਹ ਕੀ ਕਰਨਗੇ ਪ੍ਰਾਈਵੇਟ ਜੋਬ ਦੇ ਵਿੱਚ ਸਟਿੱਕ ਕਰਨਾ ਪਸੰਦ ਕਰਨਗੇ, ਉਸੇ ਜੋਬ ਨੂੰ ਛੱਡਣਾ ਨਹੀਂ ਚਾਹੁੰਦੇ।
ਤਾਂ ਇਸ ਤਰ੍ਹਾਂ ਹੀ ਜੇ ਵਰਕਰਸ ਇਹ ਐਕਸਪੈਕਟ ਕਰੇ ਕਿ ਵਸਤੂਆਂ ਅਤੇ ਸੇਵਾਵਾਂ ਦੀ ਡਿਮਾਂਡ ਜਿਹੜੀ ਹੈ ਪ੍ਰਾਈਸ ਜਿਹੜੀ ਹੈ ਇਨਕਰੀਜ਼ ਹੋਏਗੀ, ਤਾਂ ਉਹ ਕੀ ਕਰੇਗਾ, ਹਾਇਰ ਵੇਜਿਸ ਦੀ ਡਿਮਾਂਡ ਕਰੇਗਾ ਤਾਂ ਕਿ ਉਸਦੇ ਰੀਅਲ ਵੇਜਿਸ ਜਿਹੜੇ ਨੇ ਉਹ ਮੇਨਟੇਨ ਹੋਣ। ਜਦੋਂ ਇਨਫਲੇਸ਼ਨ ਨੂੰ ਅਸੀਂ ਐਕਸਪੈਕਟ ਕਰਦੇ ਹਾਂ ਤਾਂ ਇੰਡੀਵਿਜੁਅਲ ਜਿਹੜਾ ਹੈ ਪ੍ਰੀਕੋਸ਼ਨ ਲੈਂਦਾ ਹੈ ਅਤੇ ਆਪਣੀ ਫਿਊਚਰ ਦੀ ਜਿਹੜੀ ਪੇਮੈਂਟ ਹੈ ਅਤੇ ਸੇਵਸ ਹੈ ਉਸਦੇ ਅਕੋਰਡਿੰਗਲੀ ਐਡਜਸਟ ਕਰ ਲੈਂਦਾ ਹੈ ਤਾਂ ਕਿ ਰੇਟ ਆਫ ਇਨਫਲੇਸ਼ਨ ਨੂੰ ਧਿਆਨ ਵਿੱਚ ਰੱਖਦੇ। ਇਸ ਤਰ੍ਹਾਂ ਹੀ ਅਨਐਕਸਪੈਕਟਿਡ ਜਿਹੜੀ ਇਨਫਲੇਸ਼ਨ ਹੈ, ਜੇ ਸੰਭਾਵਨਾ ਤੋਂ ਮਤਲਬ ਕਿ ਸੰਭਾਵਨਾ ਨਾ ਹੋਵੇ ਕਿਵੇਂ ਜਿਹੜੀ ਹੈ ਵੱਧ ਜਾਵੇ, ਤਾਂ ਉਹਦੇ ਨਾਲ ਜਿਹੜੀ ਡਿਸਟ੍ਰੀਬਿਊਸ਼ਨ ਆਫ ਇਨਕਮ ਹੈ ਉਹ ਕੀ ਹੈ ਇਫੈਕਟ ਹੁੰਦਾ ਹੈ, ਅਤੇ ਜਿਹੜੀ ਵੇਜ ਅਰਨਿੰਗ ਕਲਾਸ ਹੈ ਉਹਨਾਂ ਨੂੰ ਆਮ ਤੌਰ 'ਤੇ ਕੀ ਹੈ ਇਹਦਾ ਲੋਸ ਹੁੰਦਾ। ਤਾਂ ਇਕੋਨੋਮਿਸਟ ਨੇ ਜਿਹੜਾ ਰੋਲ ਆਫ ਐਕਸਪੈਕਟੇਸ਼ਨਸ ਨੂੰ ਰਿਕੋਗਨਾਈਜ਼ ਕੀਤਾ ਤਾਂ ਕੇਂਸ ਜਿਹੜਾ ਹੈ ਉਹ ਇਹਨਾਂ ਲੋਕਾਂ ਦੀ ਐਕਸਪੈਕਟੇਸ਼ਨ ਦੇ ਬਾਰੇ ਗੱਲ ਤਾਂ ਕਰਦੇ ਹੈ ਲੇਕਿਨ ਆਪਣੇ ਅਨਾਲਿਸਿਸ ਦੇ ਵਿੱਚ ਇਹਨਾਂ ਨੂੰ ਇਨਕਲੂਡ ਨਹੀਂ ਕਰਦੇ। ਤਾਂ ਜਿਹੜਾ ਫੋਰਮਲ ਟ੍ਰੀਟਮੈਂਟ ਆਫ ਐਕਸਪੈਕਟੇਸ਼ਨ ਹੈ ਇਕਨੋਮਿਕ ਥਿਊਰੀ ਦੇ ਵਿੱਚ ਉਹ 1950 ਦੇ ਵਿੱਚ ਜਿਹੜਾ ਸ਼ੁਰੂ ਹੋਇਆ, ਤਾਂ ਦੋ ਇੰਪੋਰਟੈਂਟ ਜਿਹੜੀਆਂ ਹਾਈਪੋਸਿਸ ਨੇ ਐਕਸਪੈਕਟੇਸ਼ਨ ਦੀਆਂ, ਇੱਕ ਅਡੈਪਟਿਵ ਐਕਸਪੈਕਟੇਸ਼ਨ ਹੈ, ਇੱਕ ਹੀ ਹੈ ਰੈਸ਼ਨਲ ਐਕਸਪੈਕਟੇਸ਼ਨ। ਤਾਂ ਇਹਨਾਂ ਦੋਨੋਂ ਜਿਹੜੀਆਂ ਹਾਈਪੋਸਿਸ ਨੇ, ਹਾਈਪੋਸਿਸ ਕੀ ਹੁੰਦੀ ਹੈ ਪਰਿਕਲਪਨਾ ਹੁੰਦੀ ਹੈ, ਇਹਨਾਂ ਨੂੰ ਅਸੀਂ ਡਿਸਕਸ ਕਰਦੇ। ਤਾਂ ਪਹਿਲੀ ਜਿਹੜੀ ਐਕਸਪੈਕਟੇਸ਼ਨ ਹੈ ਜਿਹਨੂੰ ਅਸੀਂ ਅਡੈਪਟਿਵ ਐਕਸਪੈਕਟੇਸ਼ਨ ਕਹਿੰਦੇ ਹਾਂ, ਇਹ ਅਡੈਪਟਿਵ ਐਕਸਪੈਕਟੇਸ਼ਨ ਜਿਹੜੀ ਹੈ ਜਿਹੜਾ ਪਾਸਟ ਬਿਹੇਵੀਅਰ ਹੈ, ਪਿਛਲਾ ਬਿਹੇਵੀਅਰ ਹੈ, ਉਸ ਨੂੰ ਜਿਹੜਾ ਹੈ ਸ਼ਾਮਿਲ ਕਰਦੀ ਹੈ। ਮੰਨ ਲਓ ਇੱਕ ਸਮੇਂ ਟੀ ਸਮੇਂ ਦੇ ਵਿੱਚ ਜਿਹਨੂੰ ਅਸੀਂ ਪੀ ਟੀ ਕਹਿ ਦਿੰਦੇ ਹਾਂ, ਉਦੋਂ ਜਿਹੜੀ ਪ੍ਰਾਈਸ ਹੈ ਉਹ ਪੀ ਟੀ ਹੁੰਦੀ ਹੈ, ਅਤੇ ਜੇ ਅਸੀਂ ਇੱਕ ਸਬਸਕ੍ਰਿਪਟ ਸੁਪਰ ਸਬਸਕ੍ਰਿਪਟ ਈ ਲਗਾ ਦਈਏ ਜਿਹਦਾ ਮੁੱਲ ਹੁੰਦਾ ਹੈ ਸੰਭਾਵਿਤ ਕੀਮਤ, ਤਾਂ ਐਕਸਪੈਕਟਿਡ ਜਿਹੜੀ ਪ੍ਰਾਈਸ ਲੈਵਲ ਹੈ ਇਸ ਪੀ ਟੀ ਦੇ ਵਿੱਚ ਮਤਲਬ ਟੀ ਟਾਈਮ ਦੇ ਵਿੱਚ ਉਹ ਮਿਲੇਗੀ ਪੀ ਟੀ ਈ, ਮਤਲਬ ਟੀ ਦੇ ਉੱਪਰ ਜੇ ਅਸੀਂ ਈ ਲਿਖ ਦਿੰਦੇ ਹਾਂ, ਤਾਂ ਇਸ ਤਰ੍ਹਾਂ ਜਿਹੜੀ ਐਕਸਪੈਕਟਿਡ ਐਕਸਪੈਕਟੇਸ਼ਨ ਹੈ ਉਹ ਹੋ ਗਈ ਪੀ ਟੀ ਈ, ਮਤਲਬ ਕਿ ਟੀ ਸਮੇਂ ਦੇ ਵਿੱਚ ਜਿਹੜੀ ਐਕਸਪੈਕਟਿਡ ਪ੍ਰਾਈਸ ਲੈਵਲ ਹੈ, ਤਾਂ ਇਹ ਬਰਾਬਰ ਹੈ ਪੀ ਈ ਟੀ ਮਾਈਨਸ 1, ਅਤੇ ਪਾਸਟ ਬਿਹੇਵੀਅਰ ਦੇ ਵਿੱਚ ਜਾਂ ਪਾਸਟ ਸਮੇਂ ਦੇ ਵਿੱਚ ਜਿਹੜੀ ਐਕਸਪੈਕਟਿਡ ਪ੍ਰਾਈਸ ਕੀ ਸੀ, ਇਹ ਪੀ ਈ ਟੀ ਮਾਈਨਸ 1 ਹੈ ਪਲੱਸ ਲੈਮਡਾ, ਲੈਮਡਾ ਇੱਕ ਕੋਂਸਟੈਂਟ ਹੈ, ਦੈਟ ਇਜ਼ ਪਾਸਟ ਦੇ ਵਿੱਚ ਮਤਲਬ ਪਿਛਲੇ ਸਮੇਂ ਦੇ ਵਿੱਚ ਪ੍ਰਾਈਸ ਕਿੰਨੀ ਸੀ ਅਤੇ ਜਿਹੜੀ ਪਿਛਲੇ ਸਮੇਂ ਦੇ ਵਿੱਚ ਐਕਸਪੈਕਟਿਡ ਪ੍ਰਾਈਸ ਕਿੰਨੀ ਸੀ, ਇਹਨਾਂ ਦੋਨਾਂ ਦਾ ਜਿਹੜਾ ਅੰਤਰ ਹੈ। ਤਾਂ ਪੀ ਟੀ ਮਾਈਨਸ 1 ਮੈਂ ਦੱਸਿਆ ਹੈ ਕਿ ਪਿਛਲੇ ਸਮੇਂ ਦੇ ਵਿੱਚ ਪ੍ਰਾਈਸ ਲੈਵਲ ਨੂੰ ਸ਼ੋਅ ਕਰਦਾ, ਲੈਂਡਰ ਇੱਕ ਪੈਰਾਮੀਟਰ ਹੈ ਜਿਹਦਾ ਵੈਲਿਊ ਜਿਹੜੀ ਹੈ ਉਹ 0 ਤੋਂ ਲੈ ਕੇ 1 ਤੱਕ ਹੁੰਦੀ ਹੈ। ਹੁਣ ਇਸ ਨੂੰ ਇੱਕ ਐਗਜ਼ਾਮਪਲ ਦੇ ਨਾਲ ਜਿਹੜਾ ਹੈ ਐਕਸਪਲੇਨ ਕੀਤਾ ਗਿਆ। ਐਕਸਪੈਕਟਿਡ ਜਿਹੜਾ ਇਨਫਲੇਸ਼ਨ ਰੇਟ ਹੈ ਉਹ ਪਿਛਲੇ ਸਮੇਂ ਦੇ ਵਿੱਚ 3%, ਲੇਕਿਨ ਜਿਹੜਾ ਵਾਸਤਵਿਕ ਜਿਹੜਾ ਇਨਫਲੇਸ਼ਨ ਹੈ ਦੈਟ ਇਜ਼ ਪੀ ਟੀ, ਉਹ ਪਿਛਲੇ ਸਮੇਂ ਟੀ ਮਾਈਨਸ 1, ਉਹ ਹੈ 6%।
ਤਾਂ ਇਹਦਾ ਮਤਲਬ ਐਰਰ, ਮਤਲਬ ਜਿਹੜਾ ਐਕਸਪੈਕਟ ਕਰ ਰਹੇ ਸੀ ਉਹ ਘੱਟ ਸੀਗਾ, ਜਿਹੜਾ ਐਕਚੁਅਲ ਇਨਫਲੇਸ਼ਨ ਸੀਗਾ ਜ਼ਿਆਦਾ ਸੀ, ਤਾਂ ਜਿਹੜਾ ਐਰਰ ਹੋ ਗਿਆ ਉਹ 3% ਦਾ ਹੋ ਗਿਆ। ਤਾਂ ਸਾਨੂੰ ਜਿਹੜਾ ਹੈ ਨੈਕਸਟ ਈਅਰ ਦੇ ਵਿੱਚ ਕਿੰਨਾ ਇਨਫਲੇਸ਼ਨ ਜਿਹੜਾ ਐਕਸਪੈਕਟ ਕਰਨਾ ਚਾਹੀਦਾ ਇਹ ਅਸੀਂ ਦੇਖਣਾ। ਤਾਂ ਕਿਉਂਕਿ ਇਹਨਾਂ ਦਾ ਜਿਹੜਾ ਡਿਫਰੈਂਸ ਹੈ ਜਿਹੜਾ ਅਸੀਂ ਐਕਸਪੈਕਟ ਕੀਤਾ ਪਿਛਲੇ ਸਮੇਂ ਦੇ ਵਿੱਚ ਅਤੇ ਜਿਹੜਾ ਐਕਚੁਅਲ ਸੀਗਾ, ਉਹਨਾਂ ਦੋਨਾਂ ਦੇ ਵਿੱਚ ਜਿਹੜਾ ਡਿਫਰੈਂਸ ਹੈ ਉਹ 50% ਦਾ। ਤਾਂ ਇਸ ਕਰਕੇ ਲੈਂਬਡਾ ਜਿਹੜਾ ਹੋ ਗਿਆ ਉਹ ਹੈ 0.5 ਹੋ ਗਿਆ। ਤਾਂ ਜੇ ਅਸੀਂ ਇਹਨਾਂ ਦੀ ਵੈਲਿਊਜ਼ ਨੂੰ ਇਸ ਇਕੁਏਸ਼ਨ ਦੇ ਵਿੱਚ ਸਬਸਟੀਟਿਊਟ ਕਰੀਏ ਤਾਂ ਜਿਹੜੀ ਐਕਸਪੈਕਟਿਡ ਇਨਫਲੇਸ਼ਨ ਹੈ P(E)(t-1) 3%, ਜਿਹੜਾ ਲੈਂਬਡਾ ਹੈ ਪੈਰਾਮੀਟਰ ਜਿਹੜਾ ਹੈ ਉਹ 0.5 ਹੋ ਗਿਆ, ਕਿਉਂਕਿ ਡਿਫਰੈਂਸ ਜਿਹੜਾ ਹੈ ਉਹ 50% ਦਾ। ਅਤੇ ਜਿਹੜੀ ਐਕਚੁਅਲ ਪ੍ਰਾਈਸ ਸੀਗੀ ਪਿਛਲੇ ਸਮੇਂ ਦੇ ਵਿੱਚ 6%, ਜਿਹੜੀ ਅਸੀਂ ਐਕਸਪੈਕਟ ਕੀਤੀ ਸੀ ਪਿਛਲੇ ਸਮੇਂ ਦੇ ਵਿੱਚ ਪ੍ਰਾਈਸ ਉਹ 3%। ਇਸ ਨੂੰ ਦੇਖੀਏ ਤਾਂ ਜਿਹੜੀ ਹੈ ਸਾਨੂੰ ਜਿਹੜੀ ਐਕਸਪੈਕਟ ਕਰਨੀ ਚਾਹੀਦੀ ਹੈ ਪ੍ਰਾਈਸ ਐਟ ਟਾਈਮ ਟੀ, ਦੈਟ ਇਜ਼ 4.5%। ਤਾਂ ਇਸ ਤਰ੍ਹਾਂ ਅਸੀਂ ਇਸ ਅਡੈਪਟਿਵ ਐਕਸਪੈਕਟੇਸ਼ਨ ਇਕੁਏਸ਼ਨ ਨੂੰ ਜਿਹੜਾ ਯੂਜ ਕਰ ਸਕਦੇ ਹਾਂ, ਜਾਂ ਪਿਛਲਾ ਜਿਹੜਾ ਸਾਡੇ ਕੋਲ ਰਿਕਾਰਡ ਹੈ ਡਾਟਾ ਹੈ ਉਸਦੇ ਵਿੱਚ ਅਸੀਂ ਕਹਿ ਸਕਦੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੀਮਤ ਜਿਹੜੀ ਹੈ ਕਿੰਨੀ ਹੋਏਗੀ। ਇਸ ਦੀ ਜਿਹੜੀ ਲਿਮਿਟੇਸ਼ਨ ਹੈ, ਜਿਹੜੀ ਸੀਮਾ ਅਡੈਪਟਿਵ ਐਕਸਪੈਕਟੇਸ਼ਨ ਦੀ, ਕਿ ਇਹ ਬਹੁਤ ਕਈ ਸੀਮਾਵਾਂ ਨੇ, ਇਸ ਦੇ ਵਿੱਚ ਅਸੀਂ ਜਿਹੜੀ ਹੈ ਪ੍ਰਾਇਟ ਜਾਂ ਫਿਊਚਰ ਈਵੈਂਟਸ ਨੂੰ ਸ਼ਾਮਿਲ ਨਹੀਂ ਕਰਦੇ। ਉਦਾਹਰਣ ਦੇ ਤੌਰ 'ਤੇ ਇਸ ਅਡੈਪਟਿਵ ਇਕੁਏਸ਼ਨ ਦੇ ਵਿੱਚ ਗੌਰਮੈਂਟ ਜਿਹੜੀ ਹੈ ਉਹ ਐਕਸਪੈਂਸ਼ਨਰੀ ਮੋਨਿਟਰੀ ਪੋਲਿਸੀ ਜੇ ਪਰਸਿਊ ਕਰਦੀ ਹੈ ਤਾਂ ਲੋਕ ਜਿਹੜੇ ਨੇ ਐਕਸਪੈਕਟ ਨਹੀਂ ਕਰਦੇ ਕਿ ਇਨਫਲੇਸ਼ਨ ਰੇਟ ਜਿਹੜੀ ਹੈ ਉਹ ਜ਼ਿਆਦਾ ਹੋਏਗੀ। ਇਸੇ ਤਰ੍ਹਾਂ ਜੇ ਮੰਨ ਲਓ ਕੋਈ ਕੁਦਰਤੀ ਮੁਸੀਬਤ ਆ ਜਾਂਦੀ, ਨੈਚੁਰਲ ਡਿਜ਼ਾਸਟਰ ਹੋ ਜਾਂਦਾ, ਕੋਈ ਫਲੱਡ ਆ ਜਾਂਦਾ, ਕੋਈ ਸੁੱਕਾ ਪੈ ਜਾਂਦਾ, ਤਾਂ ਲੋਕ ਜਿਹੜੇ ਨੇ ਇਹ ਐਕਸਪੈਕਟ ਨਹੀਂ ਕਰਦੇ ਕਿ ਐਗਰੀਗੇਟ ਸਪਲਾਈ ਜਿਹੜੀ ਹੈ ਘੱਟ ਜਾਏਗੀ ਅਤੇ ਜਿਹੜੀ ਕੀਮਤ ਜਿਹੜੀ ਆ ਉਹ ਕੀ ਹੈ ਵੱਧ ਜਾਏਗੀ। ਇਸ ਤਰ੍ਹਾਂ ਉਹਨਾਂ ਨੇ ਇੱਕ ਆਲਟਰਨੇਟਿਵ ਥਿਊਰੀ ਦੈਟ ਇਜ਼ ਨੋਨ ਐਜ਼ ਦਾ ਰੈਸ਼ਨਲ ਐਕਸਪੈਕਟੇਸ਼ਨ। ਇਸ ਰੈਸ਼ਨਲ ਜਿਹਨੂੰ ਅਸੀਂ ਵਿਵੇਕਸ਼ੀਲ ਐਕਸਪੈਕਟੇਸ਼ਨ ਕਹਿ ਦਿੰਦੇ ਹਾਂ, ਇਹ ਹਾਈਪੋਥੀਸਿਸ ਇਸ ਗੱਲ ਨੂੰ ਮੰਨਦੀ ਹੈ, ਅਜ਼ੂਮ ਕਰਦੀ ਹੈ ਕਿ ਜਿਹੜੀਆਂ ਹਾਊਸ ਹੋਲਡਸ ਨੇ ਅਤੇ ਫਰਮਸ ਨੇ ਉਹ ਆਪਣੇ ਡਿਸੀਜਨ ਜਿਹੜੇ ਨੇ ਉਹ ਜੋ ਉਹਨਾਂ ਕੋਲ ਦੀ ਬੈਸਟ ਪੋਸੀਬਲ ਇਨਫੋਰਮੇਸ਼ਨ ਹੈ, ਸੂਚਨਾਵਾਂ ਨੇ, ਉਹਦੇ ਆਧਾਰ 'ਤੇ ਉਹ ਲੈਂਦੇ। ਉਹ ਇਸ ਗੱਲ ਨੂੰ ਕੰਸੀਡਰ ਕਰਦੇ ਹੈ ਕਿ ਸਿਰਫ ਪਾਸਟ ਟ੍ਰੈਂਡਸ ਜਿਹੜਾ ਨਹੀਂ, ਪ੍ਰੈਜੈਂਟ ਅਤੇ ਫਿਊਚਰ ਜਿਹੜਾ ਈਵੈਂਟਸ ਨੇ ਉਹਨੂੰ ਵੀ ਸ਼ਾਮਿਲ ਕਰਨਾ ਚਾਹੀਦਾ। ਤਾਂ ਉਸਦੇ ਮੁਤਾਬਕ ਜਿਹੜੀਆਂ ਰੈਸ਼ਨਲ ਐਕਸਪੈਕਟੇਸ਼ਨਸ ਨੇ, ਲੋਕ ਜਿਹੜੇ ਨੇ ਆਪਣੀ ਪਿਛਲੀਆਂ ਜਿਹੜੀਆਂ ਗਲਤੀਆਂ ਨੇ ਉਹਨਾਂ ਤੋਂ ਕੁਛ ਲਰਨ ਕਰਦੇ ਹਨ, ਤਾਂ ਲੋਕ ਜਿਹੜੇ ਨੇ ਉਹ ਫੋਰਕਾਸਟ ਦੇ ਵਿੱਚ ਹੋ ਸਕਦਾ ਗਲਤ ਹੋ ਗਏ ਹੋਣ, ਤਾਂ ਉਹਨਾਂ ਨੇ ਐਵਰੇਜ ਮਤਲਬ ਔਸਤਨ ਉਹ ਕੀ ਹੋਣਗੇ ਠੀਕ ਹੋਣਗੇ। ਤਾਂ ਸਿੰਪਲ ਟਰਮ ਦੇ ਵਿੱਚ ਐਕਸਪੈਕਟਿਡ ਰੇਟ ਆਫ ਇਨਫਲੇਸ਼ਨ ਜਿਹੜਾ ਹੈ ਕਿਸੇ ਟਾਈਮ ਟੀ ਦੇ ਵਿੱਚ ਉਸਨੂੰ ਅਸੀਂ ਲਿਖ ਸਕਦੇ ਹਾਂ, ਦੈਟ ਇਜ਼ ਪਾਈ ਟੀ ਈ, ਕਿ ਟੀ ਸਮੇਂ ਦੇ ਵਿੱਚ ਪਾਈ ਕੀ ਹੈ ਇਨਫਲੇਸ਼ਨ ਹੈ, ਐਕਸਪੈਕਟਿਡ ਇਨਫਲੇਸ਼ਨ ਉਹ ਕੀ ਹੈ, ਇੱਕ ਟੀ ਟਾਈਮ ਦੇ ਉੱਤੇ ਜਿਹੜਾ ਇਨਫਲੇਸ਼ਨ ਹੈ ਅਤੇ ਪਲੱਸ ਜਿਹੜਾ ਹੈ
ਉਹਦਾ ਐਰਰ ਹੈ, ਦੈਟ ਇਜ ਐਰਰ ਟਾਈਮ ਦੀ ਜਿਹੜਾ ਐਕਸਪੈਕਟਡ ਵੈਲਿਊ ਜ਼ੀਰੋ ਹੈ। ਕੁਛ ਲੋਕ ਜਿਹੜੇ ਨੇ ਇਸ ਐਰਰ ਨੂੰ ਪੋਜ਼ਿਟਿਵ ਮੰਨਦੇ ਫੋਰਕਾਸਟ ਦੇ ਵਿੱਚ ਅਤੇ ਕੁਛ ਇਸਨੂੰ ਨੈਗੇਟਿਵ ਮੰਨਦੇ, ਤਾਂ ਇਸ ਤਰ੍ਹਾਂ ਜਿਹੜਾ ਐਗਰੀਗੇਟ ਐਰਰ ਹੈ ਉਹ ਇੱਕ ਦੂਜੇ ਨੂੰ ਕੈਂਸਲ ਕਰ ਦਿੰਦਾ, ਕਿਉਂਕਿ ਜਿਹੜਾ ਸਮ ਪੋਜ਼ਿਟਿਵ ਐਰਰ ਹੈ ਦੈਟ ਵਿਲ ਬੀ ਇਕੁਅਲ ਟੂ ਦਾ ਨੈਗੇਟਿਵ ਐਰਰ। ਦੂਜੇ ਇਹ ਜਿਹੜੇ ਐਰਰਸ ਨੇ ਕੋਈ ਆਪਣਾ ਇੱਕ ਪੈਟਰਨ ਸ਼ੋਅ ਨਹੀਂ ਕਰਦੇ, ਇਹ ਇੱਕ ਰੈਂਡਮ ਨੇਚਰ ਦੇ ਨੇ। ਤਾਂ ਇਹਦੇ ਦੋ ਵਰਜ਼ਨਸ ਹਨ, ਰੈਸ਼ਨਲ ਐਕਸਪੈਕਟੇਸ਼ਨ ਇੱਕ ਵੀਕ ਹੈ ਇੱਕ ਸਟਰੋਂਗ ਵਰਜ਼ਨ। ਤਾਂ ਵੀਕ ਵਰਜ਼ਨ ਦੇ ਵਿੱਚ ਇਹ ਅਸਿਊਮ ਕੀਤਾ ਜਾਂਦਾ ਹੈ ਕਿ ਲੋਕ ਜਿਹੜੇ ਨੇ ਲੋਕਾਂ ਕੋਲ ਇੱਕ ਸੀਮਿਤ ਜਿਹੜੀ ਸੂਚਨਾ ਹੁੰਦੀ ਉਹ ਆਪਣੀ ਜਿਹੜੀ ਹੈ ਬੈਸਟ ਜਿਹੜਾ ਯੂਜ ਆਫ ਇਨਫੋਰਮੇਸ਼ਨ ਉਹ ਕਰਦੇ ਆ। ਤਾਂ ਜੇ ਅਸੀਂ ਕੋਈ ਇਗਜ਼ੈਂਪਲ ਲਈਏ, ਮੰਨ ਲਓ ਲੋਕ ਜਿਹੜੇ ਨੇ ਆਟਾ ਖਰੀਦਦੇ ਹਰੇਕ ਹਫ਼ਤੇ, ਫੋਰ ਹਾਊਸ ਹੋਲਡ ਮਤਲਬ ਆਟੇ ਦੀ ਕੰਜਮਸ਼ਨ ਕਰਦੇ ਆ ਆਪਣੇ ਘਰਾਂ ਦੇ ਵਿੱਚ, ਅਤੇ ਉਹਨਾਂ ਨੂੰ ਜਿਹੜੀ ਇਸਦੀ ਰੈਲਟੀ ਪ੍ਰਾਈਸ ਨਹੀਂ ਪਤਾ ਬਲਕਿ ਬਾਕੀ ਆਟੇ ਦੀ ਕੀਮਤ ਕਿੰਨੀ ਹੁੰਦੀ ਹੈ, ਆਟੇ ਦੀ ਬ੍ਰੈਂਡ ਦੀ ਸਾਰੇ ਬ੍ਰੈਂਡ ਦੀ ਜਿਹੜੀ ਨਿਊਟ੍ਰੀਐਂਟਸ ਵੈਲਿਊ ਜਿਹੜੀ ਉਹ ਨਹੀਂ ਪਤਾ, ਜਿਹੜੇ ਮਾਰਕੀਟ ਦੇ ਵਿੱਚ ਅਵੇਲੇਬਲ ਹੈ ਉਹਨਾਂ ਕੋਲ ਇੱਕ ਲਿਮਿਟਿਡ ਇਨਫੋਰਮੇਸ਼ਨ ਹੈ। ਤਾਂ ਆਮ ਤੌਰ 'ਤੇ ਉਹ ਇੱਕੋ ਹੀ ਬ੍ਰੈਂਡ 'ਤੇ ਉਹੀ ਆਟਾ ਜਿਹੜਾ ਹੈ ਉਹ ਖਰੀਦੀ ਜਾਂਦੇ ਨੇ, ਇੱਕੋ ਹੀ ਸ਼ੋਪ ਤੋਂ ਉਹ ਖਰੀਦੀ ਜਾਂਦੇ ਨੇ। ਇਸ ਤੋਂ ਇਲਾਵਾ ਅਤੇ ਦੂਸਰੀ ਸ਼ੋਪਕੀਪਰ ਜਿਹੜੇ ਨੇ ਜਾਂ ਦੂਸਰੇ ਦੁਕਾਨਦਾਰ ਜਿਹੜੇ ਨੇ ਕਿਸ ਕੀਮਤ 'ਤੇ ਆਟਾ ਵੇਚ ਰਹੇ ਹੋ ਸਕਦਾ ਉਹ ਘੱਟ ਕੀਮਤ 'ਤੇ ਵੇਚ ਰਹੇ ਹੋ। ਤਾਂ ਇਹ ਵੀ ਜਿਹੜੀ ਸਟਰੋਂਗ ਵਰਜ਼ਨ ਆਫ ਨੈਚੁਰਲ ਰੈਸ਼ਨਲ ਐਕਸਪੈਕਟੇਸ਼ਨ ਇਹ ਹੈ ਕਿ ਇਹ ਕੁਛ ਲੋਕ ਇਹ ਅਸਿਊਮ ਕਰਦੇ ਆ ਕਿ ਉਹਨਾਂ ਕੋਲ ਸਾਰੀ ਇਨਫੋਰਮੇਸ਼ਨ ਜਿਹੜੀ ਹੈ ਹੁੰਦੀ, ਉਹ ਆਪਣਾ ਜਿਹੜਾ ਫੈਸਲਾ ਹੈ ਇਹਨਾਂ ਸਾਰੀ ਇਨਫੋਰਮੇਸ਼ਨ ਦੇ ਆਧਾਰ 'ਤੇ ਲੈਂਦੇ। ਤਾਂ ਉਹਨਾਂ ਦੀ ਜਿਹੜੀ ਐਕਸਪੈਕਟੇਸ਼ਨਸ ਨੇ ਉਹ ਐਕਚੁਅਲ ਵੈਲਿਊ ਦੇ ਕੇ ਹੁੰਦੀ ਹੈ ਪ੍ਰਾਪਤ ਹੁੰਦੀ ਹੈ। ਜਿਹੜਾ ਐਰਰ ਇਨ ਫੋਰਕਾਸਟ ਹੈ, ਐਨੀ ਐਰਰ ਇਨ ਫੋਰਕਾਸਟ ਇਜ਼ ਡਿਊ ਟੂ ਅਨਐਕਸਪੈਕਟਿਡ ਡਿਵੈਲਪਮੈਂਟ। ਜੇ ਕੋਈ ਅਚਾਨਕ ਕੋਈ ਡਿਵੈਲਪਮੈਂਟ ਹੋ ਜਾਵੇ ਤਾਂ ਐਰਰ ਹੋਏਗਾ, ਇਨ ਜਨਰਲ ਐਰਰ ਦੀ ਸੰਭਾਵਨਾ ਜਿਹੜੀ ਹੈ ਉਹ ਘੱਟ। ਹੁਣ ਜਿਹੜੀ ਐਕਸਪੈਕਟੇਸ਼ਨ ਹੈ ਆਗੂਮੈਂਟਿਡ ਫਲਿਪਸ ਕਰ, ਤਾਂ ਪਿੱਛੇ ਅਸੀਂ ਡਿਸਕਸ ਕੀਤਾ ਕਿ ਫਲਿਪਸ ਕਰ ਇਨਫਲੇਸ਼ਨ ਅਤੇ ਅਨਇੰਪਲਾਇਮੈਂਟ ਦੇ ਰਿਲੇਸ਼ਨਸ਼ਿਪ ਨੂੰ ਸ਼ੋਅ ਕਰਦੀ ਹੈ। ਲੇਕਿਨ ਫਲਿਪਸ ਕਰ ਦੇ ਵਿੱਚ ਅਸੀਂ ਜੇ ਇਕੋਨਮੀ ਦੇ ਵਿੱਚ ਇਨਫਲੇਸ਼ਨ ਅਤੇ ਅਨਇੰਪਲਾਇਮੈਂਟ ਦੋਨੋਂ ਹੋਣ, ਜਿਹਨੂੰ ਅਸੀਂ ਸਟੈਗਫਲੇਸ਼ਨ ਕਹਿੰਦੇ ਹਾਂ, ਉਸਨੂੰ ਐਕਸਪਲੇਨ ਨਹੀਂ ਕਰ ਸਕਦੇ। ਸਟੈਗਫਲੇਸ਼ਨ ਨੂੰ ਐਕਸਪਲੇਨ ਕਰਨ ਦੇ ਲਈ ਸਾਨੂੰ ਜਿਹੜਾ ਆਪਣੇ ਅਨਾਲਿਸਿਸ ਦੇ ਵਿੱਚ ਐਕਸਪੈਕਟੇਸ਼ਨ ਦੇ ਰੋਲ ਨੂੰ ਸ਼ਾਮਿਲ ਕਰਨਾ, ਤਾਂ ਉਹ ਕੀ ਕਰਨਗੇ ਆਪਣੇ ਰੀਅਲ ਵੇਜਿਸ ਨੂੰ ਕੰਪਨਸੇਟ ਕਰਨ ਦੇ ਲਈ, ਮਤਲਬ ਕਿਉਂਕਿ ਰੀਅਲ ਵੇਜਿਸ ਉਹਨਾਂ ਦੇ ਘੱਟ ਗਏ ਪ੍ਰਾਈਸ ਲੈਵਲ ਵਧਣ ਦੇ ਨਾਲ, ਉਹ ਹਾਇਰ ਵੇਜ ਰੇਟ ਦੀ ਡਿਮਾਂਡ ਕਰਨ, ਜਿਹਦੇ ਨਾਲ ਜਿਹੜੀ ਫਲਿਪਸ ਕਰਵ ਹੈ ਉਹ ਐਸ ਆਰ ਪੀ ਸੀ 1 ਤੋਂ ਸ਼ਿਫਟ ਹੋ ਕੇ ਐਸ ਆਰ ਪੀ ਸੀ 2 ਹੋ ਜਾਏਗੀ, ਅਤੇ ਐਸ ਆਰ ਪੀ ਸੀ 2 ਦੇ ਉੱਤੇ ਜੇ ਯੂ ਸਟਾਰ ਅਨਇੰਪਲਾਇਮੈਂਟ ਰੇਟ ਹੁੰਦਾ ਹੈ ਤਾਂ ਜਿਹੜਾ ਇਕੁਲੀਬ੍ਰੀਅਮ ਲੈਵਲ ਹੈ ਉਹ ਸੀ ਬਿੰਦੂ 'ਤੇ ਹੋਏਗਾ। ਅਨਇੰਪਲਾਇਮੈਂਟ ਰੇਟ ਜਿਹੜਾ ਪਹਿਲਾਂ ਜਿੰਨਾ ਹੀ ਹੈ ਅਤੇ ਇਨਫਲੇਸ਼ਨ ਜਿਹੜਾ ਹੈ ਉਹ ਪਾਈ 2 ਤੋਂ ਵੱਧ ਕੇ ਕਿੰਨਾ ਹੋਏਗਾ, ਪਾਈ 3 ਹੋਏਗਾ।
ਅਤੇ ਅਨਇੰਪਲੋਇਮੈਂਟ ਜਿਹੜਾ ਹੈ ਉਹ ਯੂ ਸਟਾਰਟ ਹੋ ਜਾਂਦਾ। ਤਾਂ ਇਸ ਤਰ੍ਹਾਂ ਦੀ ਹਾਲਤ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਅਨਇੰਪਲੋਇਮੈਂਟ ਦੁਆਰਾ ਫਿਰ 6% ਦੀ ਦਰ 'ਤੇ ਹੈ, ਲੇਕਿਨ ਇਨਫਲੇਸ਼ਨ ਜਿਹੜਾ ਹੈ ਉਹ ਪਹਿਲਾਂ 5.1 ਤੋਂ 5.2 ਫਿਰ 5.3 ਹੋ ਗਿਆ। ਇਸ ਤਰ੍ਹਾਂ ਗੌਰਮੈਂਟ ਜਿਹੜਾ ਹੈ ਇਸ ਅਨਇੰਪਲੋਇਮੈਂਟ ਰੇਟ ਨੂੰ ਘਟਾਉਣ ਦੇ ਲਈ ਬਿਲੋ ਨੈਚੁਰਲ ਰੇਟ ਆਫ ਅਨਇੰਪਲੋਇਮੈਂਟ ਤਾਂ ਅਨਇੰਪਲੋਇ ਜਿਹੜੀ ਇਨਫਲੇਸ਼ਨ ਰੇਟ ਹੈ ਉਹ ਕੀ ਹੈ ਵੱਧ ਜਾਏਗਾ। ਤਾਂ ਇਸ ਚੀਜ਼ ਨੂੰ ਖਿਆਲ ਰੱਖਦੇ ਹੋਏ ਤਾਂ ਨੈਚੁਰਲ ਰੇਟ ਆਫ ਇਨਫਲੇਸ਼ਨ ਨੂੰ ਓਫਨ ਅਸੀਂ ਨੋਨ ਐਕਸਲਰੇਟਿੰਗ ਇਨਫਲੇਸ਼ਨ ਰੇਟ ਆਫ ਅਨਇੰਪਲੋਇਮੈਂਟ ਜਿਹੜਾ ਕਹਿ ਦਿੰਦੇ ਨਹਿਰੂ, ਦੈਟ ਇਜ਼ ਨੋਨ ਐਕਸਲਰੇਟਿੰਗ ਇਨਫਲੇਸ਼ਨ ਰੇਟ ਆਫ ਅਨਇੰਪਲੋਇਮੈਂਟ। ਜਦੋਂ ਅਨਇੰਪਲੋਇਮੈਂਟ ਜਿਹੜਾ ਨੈਚੁਰਲ ਰੇਟ 'ਤੇ ਹੋਵੇ ਦੈਟ ਇਜ਼ ਨਹਿਰੂ ਹੋਵੇ ਤਾਂ ਰੇਟ ਆਫ ਇਨਫਲੇਸ਼ਨ ਦੇ ਵਿੱਚ ਕੀ ਹੋਏਗਾ, ਸਟੇਬਿਲਿਟੀ ਹੋਏਗੀ। ਅਤੇ ਜਦੋਂ ਇਹ ਅਨਇੰਪਲੋਇਮੈਂਟ ਜਿਹੜਾ ਡਿਪਾਰਟ ਕਰਦੇ ਨੈਚੁਰਲ ਰੇਟ ਤੋਂ ਤਾਂ ਦੇਰ ਇਜ਼ ਐਕਸਲੇਸ਼ਨ ਜਾਂ ਡੈਸਲੇਸ਼ਨ ਇਨ ਇਨਫਲੇਸ਼ਨ ਰੇਟ, ਮਤਲਬ ਇਨਫਲੇਸ਼ਨ ਰੇਟ ਜਾਂ ਵਧੇਗਾ ਜਾਂ ਘੱਟ ਜਾਏਗਾ। ਅਤੇ ਜੇ ਐਕਚੁਅਲ ਅਨਇੰਪਲੋਇਮੈਂਟ ਜਿਹੜਾ ਹੈ ਯੂ ਸਟਾਰਟ ਤੋਂ ਘੱਟ ਹੋਵੇ, ਨੈਚੁਰਲ ਅਨਇੰਪਲੋਇਮੈਂਟ ਤੋਂ ਘੱਟ ਹੋਵੇ ਤਾਂ ਇਨਫਲੇਸ਼ਨ ਜਿਹੜਾ ਹੈ ਉਹ ਵਧਣਾ ਸ਼ੁਰੂ ਹੋ ਜਾਏਗਾ। ਅਤੇ ਕੰਸੈਪਟ ਆਫ ਨਹਿਰੂ ਐਂਡ ਐਕਸਪੈਕਟਿਡ ਫੋਰਮੇਸ਼ਨ ਜਿਹੜੀਆਂ ਉਹ ਐਕਸਪਲੇਨ ਕਰਦੀਆਂ ਹਾਈਪਰ ਇਨਫਲੇਸ਼ਨ ਨੂੰ ਕਈ ਕੰਟਰੀ ਦੇ ਵਿੱਚ, ਅਨਲੈਸ ਇਨਫਲੇਸ਼ਨ ਜਿਹੜਾ ਹੈ ਉਹ ਨੈਚੁਰਲ ਰੇਟ 'ਤੇ ਵਾਪਸ ਨਾ। ਤਾਂ ਅਡੈਪਟਿਵ ਐਕਸਪੈਕਟੇਸ਼ਨ ਦੇ ਵਿੱਚ ਸ਼ੋਰਟ ਰਨ ਦੇ ਵਿੱਚ ਫਲਿਪਸ ਕਰਵ ਜਿਹੜੀ ਹੈ ਡਾਊਨਵਰਡ ਸਲੋਪਿੰਗ ਹੈ, ਅਤੇ ਲੌਂਗ ਰਨ ਦੇ ਵਿੱਚ ਜਿਹੜੀ ਫਲਿਪਸ ਕਰਵ ਹੈ ਦੈਟ ਇਜ਼ ਦਾ ਵਰਟੀਕਲ। ਤਾਂ ਫਲਿਪਸ ਕਰਵ ਇਸ ਤਰ੍ਹਾਂ ਜਿਹੜਾ ਟ੍ਰੇਡ ਆਫ ਹੈ ਬਿਟਵੀਨ ਇਨਫਲੇਸ਼ਨ ਐਂਡ ਅਨਇੰਪਲੋਇਮੈਂਟ ਇਨ ਦਾ ਲੌਂਗ ਰਨ। ਹੁਣ ਜੇ ਅਸੀਂ ਡਿਸਕਸ ਕਰੀਏ ਫਲਿਪਸ ਕਰਵ ਅੰਡਰ ਰੈਸ਼ਨਲ ਐਕਸਪੈਕਟੇਸ਼ਨ, ਰੈਸ਼ਨਲ ਐਕਸਪੈਕਟੇਸ਼ਨ ਦੇ ਵਿੱਚ ਜਿਹੜੇ ਇਕਨੋਮਿਕ ਏਜੰਟਸ ਨੇ ਜਿਸ ਤਰ੍ਹਾਂ ਫਾਰਮਸ, ਹਾਊਸ ਹੋਲਡਸ, ਉਹ ਫਾਰਵਰਡ ਲੁਕਿੰਗ, ਉਹ ਜਿਹੜੇ ਨੇ ਜਿੰਨੀਆਂ ਵੀ ਇਨਫੋਰਮੇਸ਼ਨਸ ਨੇ ਸਾਰੀਆਂ ਇਨਫੋਰਮੇਸ਼ਨ ਨੂੰ, ਪਾਸਟ ਐਕਸਪੀਰੀਅੰਸ ਨੂੰ, ਪ੍ਰੈਜ਼ੈਂਟ ਨੂੰ ਅਤੇ ਫਿਊਚਰ ਜਿਹੜੀਆਂ ਡਿਵੈਲਪਮੈਂਟ ਹੋਣੀ ਹੈ ਉਹਨਾਂ ਇਨਫੋਰਮੇਸ਼ਨ ਨੂੰ ਸ਼ਾਮਿਲ ਕਰਦੇ ਆ। ਅਤੇ ਦੇਰ ਇਜ਼ ਕੋਈ ਪਰਫੈਕਟ ਫੋਰਸਾਈਟ ਅੰਡਰ ਰੈਸ਼ਨਲ ਐਕਸਪੈਕਟੇਸ਼ਨ ਦੇ ਵਿੱਚ ਨਹੀਂ ਹੁੰਦੀ, ਲੇਕਿਨ ਐਰਰ ਜਿਹੜੇ ਨੇ ਉਹ ਔਨ ਦੀ ਹੋਲ, ਕਿਉਂਕਿ ਪੋਜੀਟਿਵ ਐਰਰ ਵੀ ਅਤੇ ਨੈਗੇਟਿਵ ਐਰਰ ਦੋਨੋਂ ਇੱਕ ਦੂਜੇ ਨੂੰ ਕੈਂਸਲ ਕਰ ਦਿੰਦੇ, ਤਾਂ ਇਹਨਾਂ ਦੀ ਜਿਹੜੀ ਇੰਪਲੀਕੇਸ਼ਨ ਇਹ ਹੈ ਕਿ ਐਕਚੁਅਲ ਇਨਫਲੇਸ਼ਨ ਰੇਟ ਜਿਹੜਾ ਹੈ ਉਹ ਐਕਸਪੈਕਟਿਡ ਐਕਸਪੈਕਟਿਡ ਇਨਫਲੇਸ਼ਨ ਰੇਟ 'ਤੇ ਕੀ ਹੁੰਦਾ ਹੈ। ਅਤੇ ਵਰਕਰਸ ਅਤੇ ਫਰਮਸ ਕੋਈ ਕਮਿਟਮੈਂਟ ਨਹੀਂ ਕਰਦੇ ਕਿਸੇ ਐਰਰ ਦੀ ਵੇਜ ਰੇਟ ਦੇ ਵਿੱਚ ਡਿਊਰਿੰਗ ਨੈਗੋਸ਼ੀਏਸ਼ਨ, ਮਤਲਬ ਕਿ ਉਹ ਸੋਚ ਸਮਝ ਕੇ ਵਰਕਰਸ ਵੀ ਅਤੇ ਜਿਹੜੇ ਫਰਮਸ ਨੇ ਕਿ ਕਿੰਨਾ ਵਰਕਰਸ ਨੂੰ ਵੇਜਿਸ ਦੇਣੇ ਅਤੇ ਇੰਪਲਾਈਜ਼ ਜਿਹੜੇ ਨੇ ਕਿੰਨਾ ਵੇਜਿਸ ਜਿਹੜੇ ਆ ਉਹ ਲੈਣੇ। ਤਾਂ ਕੋਈ ਟ੍ਰੇਡ ਆਫ ਇਨਫਲੇਸ਼ਨ ਅਤੇ ਅਨਇੰਪਲੋਇਮੈਂਟ ਦੇ ਵਿੱਚ ਰੈਸ਼ਨਲ ਐਕਸਪੈਕਟੇਸ਼ਨ ਦੇ ਅੰਡਰ ਨਹੀਂ ਹੁੰਦਾ। ਤਾਂ ਅਨਇੰਪਲੋਇਮੈਂਟ ਰੇਟ
ਜਿਹੜਾ ਇਸ ਇਕੋਨਮੀ ਦੇ ਵਿੱਚ ਜਿਹੜਾ ਹੁੰਦਾ ਦੈਟ ਇਜ ਨੋਨ ਐਜ ਨੈਚੁਰਲ ਰੇਟ ਆਫ ਅਨਇੰਪਲਾਇਮੈਂਟ। ਮੰਨ ਲਓ ਇੱਕ ਇਕੋਨਮੀ ਦੇ ਵਿੱਚ ਨੈਚੁਰਲ ਅਨਇੰਪਲਾਇਮੈਂਟ ਰੇਟ ਹੈ ਅਤੇ ਫਾਰਮਸ ਅਤੇ ਵਰਕਰਸ ਐਕਸਪੈਕਟ ਕਰਦੇ ਹੈ ਇਨਫਲੇਸ਼ਨ ਪਾਈ 1, ਮਤਲਬ ਗੌਰਮੈਂਟ ਪਰਸੂ ਕਰਦੀ ਹੈ ਐਕਸਪੈਂਸ਼ਨਰੀ ਪੋਲਸੀ ਜਿਸ ਦੇ ਨਾਲ ਜਿਹੜੀ ਐਗਰੀਗੇਟ ਡਿਮਾਂਡ ਜਿਹੜੀ ਹੈ ਵੱਧ ਜਾਂਦੀ ਹੈ, ਐਗਰੀਗੇਟ ਡਿਮਾਂਡ ਵਧਣ ਦੇ ਨਾਲ ਇਨਫਲੇਸ਼ਨ ਰੇਟ ਜਿਹੜੀ ਹੈ ਵੱਧ ਜਾਂਦੀ। ਜੇ ਪੋਲਸੀ ਇਕਨੋਮਿਕ ਏਜੰਟਸ ਨੇ ਮਤਲਬ ਹਾਊਸ ਹੋਲਡ ਫਾਰਮਸ ਅਤੇ ਗੌਰਮੈਂਟ ਨੇ ਐਕਸਪੈਕਟ ਕੀਤੀ ਹੁੰਦੀ ਹੈ ਤਾਂ ਉਹ ਕੀ ਹੈ, ਉਹ ਉਹਨਾਂ ਨੇ ਇਨਫਲੇਸ਼ਨ ਰੇਟ ਨੂੰ ਆਪਣੇ ਡਿਸੀਜਨ ਮੇਕਿੰਗ ਪ੍ਰੋਸੈਸ ਦੇ ਵਿੱਚ ਇਸ ਨੂੰ ਸ਼ਾਮਿਲ ਕੀਤਾ ਹੋਏਗਾ। ਲੇਕਿਨ ਜੇ ਪੋਲਸੀ ਅਨਐਕਸਪੈਕਟਿਡ ਹੈ ਤਾਂ ਇਸਦਾ ਜਿਹੜਾ ਹੈ ਡਿਜਾਇਰਡ ਇਫੈਕਟ ਹੋਏਗਾ, ਦੈਟ ਇਜ਼ ਅਨਇੰਪਲਾਇਮੈਂਟ ਜਿਹੜੀ ਆ ਉਹ ਘੱਟ ਗਈ। ਇਸ ਤਰ੍ਹਾਂ ਇੱਕ ਇੰਪੋਰਟੈਂਟ ਇਸ਼ੂ ਕਿ ਕਿਸ ਤਰ੍ਹਾਂ ਗੌਰਮੈਂਟ ਪੋਲਸੀ ਜਿਹੜੀ ਹੈ ਇਫੈਕਟਿਵ ਹੋ ਸਕਦੀ ਹੈ ਅੰਡਰ ਰੈਸ਼ਨਲ ਐਕਸਪੈਕਟੇਸ਼ਨ ਦੇ ਵਿੱਚ। ਤਾਂ ਜੇ ਗੌਰਮੈਂਟ ਪੋਲਸੀ ਐਕਸਪੈਕਟਿਡ ਹੈ ਤਾਂ ਇਟ ਵਿਲ ਨੋਟ ਹੈਵ ਐਨੀ ਇੰਪੈਕਟ। ਤਾਂ ਇਹ ਸੀਗਾ ਅੱਜ ਜੋ ਅਸੀਂ ਡਿਸਕਸ ਕਰਨਾ ਸੀ। ਹੁਣ ਜੋ ਅਸੀਂ ਕੀਤਾ ਉਸਨੂੰ ਅਸੀਂ ਐਕਸਪਲੇਨ ਕਰਨ ਦੀ ਕੋਸ਼ਿਸ਼ ਕਰਾਂਗੇ। ਤਾਂ ਪਹਿਲਾਂ ਅਸੀਂ ਇਹ ਡਿਸਕਸ ਕੀਤਾ ਕਿ ਇਨਫਲੇਸ਼ਨ ਅਤੇ ਅਨਇੰਪਲਾਇਮੈਂਟ ਕਿਸੇ ਵੀ ਇਕੋਨਮੀ ਦੇ ਵਿੱਚ ਦੋ ਇੱਕ ਸਮਾਨ ਬੁਰਾਈਆਂ ਨੇ। ਤਾਂ ਇਨਫਲੇਸ਼ਨ ਦੇ ਨਾਲ ਜਿਹੜੀ ਪਰਚੇਜਿੰਗ ਪਾਵਰ ਹੈ, ਵੈਲਿਊ ਆਫ ਮਨੀ ਹੈ, ਉਹ ਕੀ ਹੈ, ਘੱਟ ਜਾਂਦੀ ਹੈ। ਅਤੇ ਅਨਇੰਪਲਾਇਮੈਂਟ ਦੇ ਨਾਲ ਇਕੱਲਾ ਲੇਬਰ ਫੋਰਸ ਦੀ ਲੋਸ ਨਹੀਂ ਹੁੰਦੀ, ਲੋਕਾਂ ਦਾ ਜਿਹੜਾ ਮੋਰੇਲ ਹੈ ਉਹ ਵੀ ਡਾਊਨ ਹੋ ਜਾਂਦਾ। ਤਾਂ ਅਨਇੰਪਲਾਇਮੈਂਟ ਕੀ ਹੁੰਦਾ ਹੈ, ਜੇ ਕਰੰਟ ਵੇਜ ਰੇਟ ਦੇ ਉੱਤੇ ਜਿਹਨਾਂ ਲੋਕਾਂ ਦੀ ਉਮਰ 16 ਸਾਲ ਤੋਂ ਲੈ ਕੇ 64 ਸਾਲ ਤੱਕ ਦੀ ਹੁੰਦੀ ਹੈ, ਜੇ ਉਹਨਾਂ ਨੂੰ ਜੋਬ ਨਾ ਮਿਲੇ, ਜਿਹੜੇ ਵਰਕਰਸ ਕੰਮ ਕਰਨਾ ਚਾਹੁੰਦੇ ਨੇ, ਤਾਂ ਉਹਨੂੰ ਅਸੀਂ ਅਨਇੰਪਲਾਇਮੈਂਟ ਜਿਹੜੀ ਹੈ ਜਾਂ ਅਨਇੰਪਲਾਇਡ ਪਰਸਨ ਜਿਹੜੇ ਆ ਉਹ ਕਹਿ ਰਹੇ। ਤਾਂ ਅਸੀਂ ਤਿੰਨ ਤਰ੍ਹਾਂ ਦੀ ਅਨਇੰਪਲਾਇਮੈਂਟ ਜਿਹੜੀ ਹੈ ਡਿਸਕਸ ਕੀਤੀ ਸੀ, ਇੱਕ ਫ੍ਰਿਕਸ਼ਨਲ, ਸਟਰਕਚਰਲ ਐਂਡ ਸਿਕਲੀਕਲ ਅਨਇੰਪਲਾਇਮੈਂਟ। ਫ੍ਰਿਕਸ਼ਨਲ ਇੰਪਲਾਇਮੈਂਟ ਕੀ ਹੁੰਦੀ ਹੈ, ਜਦੋਂ ਵਰਕਰਸ ਇੱਕ ਜੋਬ ਨੂੰ ਛੱਡ ਕੇ ਦੂਸਰੀ ਜੋਬ ਦੀ ਤਲਾਸ਼ ਦੇ ਵਿੱਚ ਹੁੰਦੇ ਆ ਜਾਂ ਮਾਈਗ੍ਰੇਟ ਕਰਦੇ ਆ ਫਰੋਮ ਵਨ ਪਲੇਸ ਟੂ ਅਨਦਰ ਪਰਸਨ ਫੋਰ ਏ ਹਾਇਰ ਜੋਬ, ਤਾਂ ਉਦੋਂ ਕੁਝ ਸਮੇਂ ਦੇ ਲਈ ਉਹਨਾਂ ਨੂੰ ਬੇਰੁਜ਼ਗਾਰੀ ਦਾ ਸਾਹਮਣਾ ਕਰਨਾ ਪੈਂਦਾ, ਤਾਂ ਇਸ ਨੂੰ ਫ੍ਰਿਕਸ਼ਨਲ ਅਨਇੰਪਲਾਇਮੈਂਟ ਕਹਿੰਦੇ। ਦੂਸਰੀ ਜਿਹੜੀ ਹੈ ਉਹ ਸਟਰਕਚਰਲ ਅਨਇੰਪਲਾਇਮੈਂਟ ਹੈ। ਤਾਂ ਸਟਰਕਚਰਲ ਅਨਇੰਪਲਾਇਮੈਂਟ ਕੀ ਹੁੰਦੀ ਹੈ, ਜੇ ਇਕੋਨਮੀ ਦੀ ਸਟਰਕਚਰ ਦੇ ਵਿੱਚ ਚੇਂਜ ਹੋਵੇ ਅਤੇ ਲੋਕਾਂ ਕੋਲ ਜਿਹੜੀ ਸਕਿੱਲ ਹੁੰਦੀ ਹੈ ਉਸ ਸਕਿੱਲ ਦੇ ਵਿੱਚ ਅਤੇ ਜਿਹੜੀ ਉਹ ਵਰਕਰਸ ਜਿਹੜੀ ਉਹਨਾਂ ਕੋਲ ਸਕਿੱਲ ਹੁੰਦੀ ਹੈ ਅਤੇ ਜਿਸ ਸਕਿੱਲ ਦੀ ਜੋਬ ਮਾਰਕੀਟ ਦੇ ਵਿੱਚ ਅਵੇਲੇਬਲ ਹੁੰਦੀ ਹੈ, ਤਾਂ ਜੇ ਵਰਕਰਸ ਕੋਲ ਜਿਸ ਤਰ੍ਹਾਂ ਦੀ ਜੋਬ ਮਾਰਕੀਟ ਦੇ ਵਿੱਚ ਅਵੇਲੇਬਲ ਹੈ ਉਹ ਸਕਿੱਲ ਵਰਕਰਸ ਕੋਲ ਨਾ ਹੋਵੇ ਤਾਂ ਉਹਨਾਂ ਨੂੰ ਉਹ ਜਿਹੜੀ ਸਕਿੱਲ ਸਿੱਖਣ ਦੇ ਲਈ ਕੁਛ ਨਾ ਕੁਛ ਟਾਈਮ ਲੱਗੇਗਾ, ਤਾਂ ਦੈਟ ਇਜ਼ ਨੋਨ ਐਜ਼ ਦਾ ਸਟਰਕਚਰਲ ਅਨਇੰਪਲਾਇਮੈਂਟ। ਇਸੇ ਤਰ੍ਹਾਂ ਦੀ ਅਨਇੰਪਲਾਇਮੈਂਟ ਜਿਹੜੀ ਹੈ ਸਿਕਲੀਕਲ, ਜਦੋਂ ਇਕੋਨਮੀ ਦੇ ਵਿੱਚ ਉਤਾਰ ਚੜ੍ਹਾਅ ਆਉਂਦੇ ਨੇ, ਬੂਮ ਅਤੇ ਰਿਸੈਸ਼ਨ ਹੁੰਦੀ ਹੈ, ਡਿਪਰੈਸ਼ਨ ਹੁੰਦੀ ਹੈ, ਜਦੋਂ ਮੰਦੀ ਕਾਲ ਦੇ ਦੌਰਾਨ
ਕੀਮਤਾਂ ਘੱਟ ਰਹੀਆਂ ਹੁੰਦੀਆਂ, ਪ੍ਰੋਡਕਸ਼ਨ ਘੱਟ ਹੁੰਦੀ ਹੈ, ਡਿਮਾਂਡ ਫੋਰ ਲੇਬਰ ਘੱਟ ਹੁੰਦੀ ਹੈ, ਤਾਂ ਉਦੋਂ ਜਿਹੜੀ ਅਨਇੰਪਲੋਇਮੈਂਟ ਪਾਈ ਜਾਂਦੀ ਹੈ, ਦੈਟ ਇਜ਼ ਨੋਨ ਐਜ਼ ਦਾ ਸਿਕਲੀਕਲ ਅਨਇੰਪਲੋਇਮੈਂਟ। ਫਿਰ ਅਸੀਂ ਲੇਬਰ ਫੋਰਸ ਪਾਰਟੀਸਪੇਸ਼ਨ ਰੇਟ ਦੀ ਗੱਲ ਕੀਤੀ ਕਿ ਜੇ ਸਾਈਜ਼ ਆਫ ਲੇਬਰ ਫੋਰਸ ਨੂੰ ਪਾਪੂਲੇਸ਼ਨ ਦੀ ਸਾਈਜ਼ ਦੇ ਨਾਲ ਡਿਵਾਈਡ ਕੀਤਾ ਜਾਵੇ, ਜਿਹੜੇ ਲੋਕ 16 ਸਾਲ ਤੋਂ 64 ਸਾਲ ਦੇ ਵਿਚਕਾਰ ਪਾਇਆ ਜਾਂਦਾ ਹੈ, ਤਾਂ ਇਸ ਨੂੰ ਅਸੀਂ ਲੇਬਰ ਫੋਰਸ ਪਾਰਟੀਸਪੇਸ਼ਨ ਰੇਟ ਜਿਹੜਾ ਹੈ ਉਹ ਕਹਿ ਲਾਂਗੇ। ਫਿਰ ਅਸੀਂ ਫਲਿਪਸ ਕਰਵ ਦੀ ਗੱਲ ਕੀਤੀ। ਫਲਿਪਸ ਕਰਵ ਦੇ ਵਿੱਚ ਡਬਲਯੂ ਇਜ ਇਕੁਅਲ ਟੂ ਏ ਮਾਈਨਸ ਬੀ ਯੂ, ਏ ਅਤੇ ਬੀ ਕੋਂਸਟੈਂਟ ਹੈ, ਯੂ ਅਨਇੰਪਲੋਇਮੈਂਟ ਰੇਟ ਹੈ, ਡਬਲਯੂ ਕੀ ਹੈ ਬਜਟ ਹੈ। ਲੇਕਿਨ ਫਲਿਪਸ ਨੇ ਇਨਫਲੇਸ਼ਨ ਅਤੇ ਅਨਇੰਪਲੋਇਮੈਂਟ ਦੋਨਾਂ ਦੇ ਰਿਲੇਸ਼ਨਸ਼ਿਪ ਨੂੰ ਸ਼ੋਅ ਕੀਤਾ ਅਤੇ ਇਹ ਜਿਹੜੀ ਕਰਵ ਹੈ ਇਹ ਡਾਊਨਵਰਡ ਸਲੋਪਿੰਗ ਹੈ, ਤਾਂ ਉਹਨਾਂ ਦੇ ਮੁਤਾਬਕ ਦੇਰ ਇਜ਼ ਟ੍ਰੇਡ ਆਫ ਬਿਟਵੀਨ ਦਾ ਇਨਫਲੇਸ਼ਨ ਐਂਡ ਅਨਇੰਪਲੋਇਮੈਂਟ। ਜੇ ਮੰਨ ਲਓ ਇਕੋਨਮੀ ਜਿਹੜੀ ਹੈ ਇਹ ਬਿੰਦੂ 'ਤੇ ਓਪਰੇਟ ਕਰ ਰਹੀ ਹੈ, ਇਹ ਬਿੰਦੂ 'ਤੇ ਇਨਫਲੇਸ਼ਨ ਜਿਹੜਾ ਹੈ ਮੰਨ ਲਓ 5.1 ਹੈ, ਦੈਟ ਇਜ਼ ਮੰਨ ਲਓ ਸਪੋਜ਼ 3% ਇਨਫਲੇਸ਼ਨ ਹੈ, ਅਤੇ ਅਨਇੰਪਲੋਇਮੈਂਟ ਜਿਹੜਾ U1 ਹੈ ਦੈਟ ਇਜ਼ 6%, ਅਤੇ ਜੇ ਉਹ ਅਨਇੰਪਲੋਇਮੈਂਟ ਨੂੰ ਘਟਾਉਣਾ ਚਾਹੁੰਦੇ ਹੈ, U1 ਤੋਂ U2 ਕਰਨਾ ਚਾਹੁੰਦੇ ਹੈ, ਤਾਂ ਇਕੋਨਮੀ ਨੂੰ ਹਾਇਰ ਪ੍ਰਾਈਸ ਲੈਵਲ ਨੂੰ ਫੇਸ ਕਰਨਾ ਪਵੇਗਾ, ਇਨਫਲੇਸ਼ਨ ਜ਼ਿਆਦਾ ਬਰਦਾਸ਼ਤ ਕਰਨੀ ਪਵੇਗੀ ਅਤੇ ਕੀਮਤਾਂ ਵਿੱਚ ਵਾਧਾ 5.1 ਤੋਂ ਵੱਧ ਕੀ ਹੋਏਗਾ 5.2 ਹੋਏਗਾ ਅਤੇ ਅਨਇੰਪਲੋਇਮੈਂਟ ਜਿਹੜੀ ਹੈ ਘੱਟ। ਹੁਣ ਇਕੋਨਮੀ ਨੇ ਕਿੰਨੀ ਇਨਫਲੇਸ਼ਨ ਅਤੇ ਕਿੰਨੀ ਅਨਇੰਪਲੋਇਮੈਂਟ ਬਰਦਾਸ਼ਤ ਕਰਨੀ, ਦਿਸ ਇਜ਼ ਟੂ ਬੀ ਡਿਸਾਈਡ ਬਾਏ ਦਾ ਇਕੋਨਮੀ, ਦਿਸ ਇਜ਼ ਟੂ ਬੀ ਡਿਸਾਈਡ ਬਾਏ ਦਾ ਗੌਰਮੈਂਟ। ਤਾਂ ਫਿਰ ਅਸੀਂ ਗੱਲ ਕੀਤੀ ਸੀ ਨੈਚੁਰਲ ਰੇਟ ਆਫ ਅਨਇੰਪਲੋਇਮੈਂਟ, ਤਾਂ ਨੈਚੁਰਲ ਰੇਟ ਆਫ ਅਨਇੰਪਲੋਇਮੈਂਟ ਇਨ ਨਟਸ਼ੈਲ, ਜੇ ਅਸੀਂ ਫ੍ਰਿਕਸ਼ਨ ਅਨਇੰਪਲੋਇਮੈਂਟ ਅਤੇ ਸਟਰਕਚਰਲ ਅਨਇੰਪਲੋਇਮੈਂਟ ਜਿਹੜੀ ਹੈ ਦੋਨਾਂ ਨੂੰ ਐਡ ਕਰ ਲਈਏ, ਐਡ ਕਰਕੇ ਜਿਹੜੀ ਵੀ ਅਨਇੰਪਲੋਇਮੈਂਟ ਬਣ ਜਾਂਦੀ ਹੈ ਦੈਟ ਇਜ਼ ਨੋਨ ਐਜ਼ ਦਾ ਨੈਚੁਰਲ ਰੇਟ ਆਫ ਅਨਇੰਪਲੋਇਮੈਂਟ। ਫਿਰ ਅਸੀਂ ਡਿਸਕਸ ਕੀਤਾ ਸੀ ਐਕਸਪੈਕਟੇਸ਼ਨਸ ਇਨ ਇਕਨੋਮਿਕਸ, ਤਾਂ ਐਕਸਪੈਕਟੇਸ਼ਨਸ ਕਿ ਜਿਹੜੇ ਇਕਨੋਮਿਕ ਏਜੈਂਟਸ ਨੇ, ਹਾਊਸ ਹੋਲਡਸ ਹੈ, ਫਾਰਮਸ ਨੇ, ਗੌਰਮੈਂਟ ਨੇ, ਇਹ ਬਾਕੀ ਪੀਰੀਅਡਸ ਪ੍ਰਾਈਸ ਲੈਵਲ ਦੇ ਬਾਰੇ, ਅਨਇੰਪਲੋਇਮੈਂਟ ਦੇ ਬਾਰੇ, ਗੌਰਮੈਂਟ ਦੇ ਬਾਰੇ ਕੀ ਐਕਸਪੈਕਟ ਕਰਦੇ ਹੈ, ਉਹਨਾਂ ਦਾ ਇਕਨੋਮਿਕ ਪੋਲਿਸੀ ਦੇ ਉੱਤੇ, ਇਕਨੋਮਿਕਸ ਦੇ ਉੱਤੇ ਅਸਰ ਪੈਂਦਾ। ਤਾਂ ਪਹਿਲੇ ਇਕੋਨੋਮਿਸਟ ਨੇ ਇਹਨਾਂ ਨੂੰ ਰੋਲ ਆਫ ਐਕਸਪੈਕਟੇਸ਼ਨਸ ਨੂੰ ਆਪਣੀ ਥਿਊਰੀ ਦੇ ਵਿੱਚ ਸ਼ਾਮਿਲ ਨਹੀਂ ਕੀਤਾ, ਤਾਂ ਕੇਨਸ ਨੇ ਇਹਨਾਂ ਐਕਸਪੈਕਟੇਸ਼ਨ ਦਾ ਜ਼ਿਕਰ ਤਾਂ ਕੀਤਾ ਲੇਕਿਨ ਆਪਣੇ ਮਾਡਲ ਦੇ ਵਿੱਚ ਇਸਨੂੰ ਸ਼ਾਮਿਲ ਨਹੀਂ ਕੀਤਾ। ਇਹ ਐਕਸਪੈਕਟੇਸ਼ਨਸ ਨੂੰ ਇਕਨੋਮਿਕ ਥਿਊਰੀ ਦੇ ਵਿੱਚ 1950 ਦੇ ਵਿੱਚ ਸ਼ਾਮਿਲ ਕੀਤਾ ਗਿਆ। ਤਾਂ ਇਹ ਦੋ ਤਰ੍ਹਾਂ ਦੀਆਂ ਥਿਊਰੀਸ ਨੇ, ਇੱਕ ਅਡੈਪਟਿਵ ਐਕਸਪੈਕਟੇਸ਼ਨ, ਇੱਕ ਰੈਸ਼ਨਲ ਐਕਸਪੈਕਟੇਸ਼ਨ। ਅਡੈਪਟਿਵ ਐਕਸਪੈਕਟੇਸ਼ਨ ਦਾ ਮਤਲਬ ਇਹ ਇਕੁਏਸ਼ਨ ਹੈ ਕਿ ਇੱਕ ਟਾਈਮ ਟੀ ਦੇ ਵਿੱਚ ਅਸੀਂ ਕਿੰਨੀ ਪ੍ਰਾਈਸ ਐਕਸਪੈਕਟ ਕਰ ਰਹੇ ਹਾਂ ਅਤੇ ਪਿਛਲੇ ਸਮੇਂ ਦੇ ਵਿੱਚ, ਮਤਲਬ ਪ੍ਰੀਵੀਅਸ ਟਾਈਮ ਦੇ ਵਿੱਚ ਕਿੰਨਾ ਪ੍ਰਾਈਸ ਅਸੀਂ ਐਕਸਪੈਕਟ ਕਰ ਰਹੇ ਹਾਂ, ਟੀ ਮਾਈਨਸ 1 ਪ੍ਰੀਵੀਅਸ ਟਾਈਮ। ਲੈਂਬਡਾ ਇੱਕ ਪੈਰਾਮੀਟਰ ਹੈ ਜਿਹੜਾ ਕਿ ਕੋਂਸਟੈਂਟ ਹੈ, ਅਤੇ ਪਾਸਟ ਟਾਈਮ ਦੇ ਵਿੱਚ ਕਿੰਨੀ ਪ੍ਰਾਈਸ ਲੈਵਲ ਸੀ ਅਤੇ ਕਿੰਨੀ ਅਸੀਂ ਐਕਸਪੈਕਟ ਕਰਦੇ ਸੀ ਪ੍ਰਾਈਸ, ਇਹਨਾਂ ਇਸ ਇਕੁਏਸ਼ਨ ਦੇ ਮੁਤਾਬਕ
ਅਸੀਂ ਜੋ ਵੈਲਿਊਸ ਨੇ ਉਹ ਸਬਸਟੀਟਿਊਟ ਕਰਦੇ ਹਾਂ ਤਾਂ ਫਿਊਚਰ ਦੇ ਵਿੱਚ ਕਿੰਨੀ ਪ੍ਰਾਈਸ ਅਸੀਂ ਫਿਕਸ ਕਰਾਂਗੇ ਜਾਂ ਐਕਸਪੈਕਟ ਕਰਦੇ ਹਾਂ ਉਹ ਸਾਨੂੰ ਪਤਾ ਲੱਗਦਾ। ਲੇਕਿਨ ਇਸ ਮਾਡਲ ਦੀਆਂ ਕੁਛ ਲਿਮਿਟੇਸ਼ਨਸ ਨੇ, ਇਹਨਾਂ ਲਿਮਿਟੇਸ਼ਨਸ ਨੂੰ ਦੂਰ ਕਰਕੇ ਫਿਰ ਇੱਕ ਰੈਸ਼ਨਲ ਐਕਸਪੈਕਟੇਸ਼ਨ ਨੂੰ ਅਸੀਂ ਡਿਸਕਸ ਕੀਤਾ। ਉਸ ਤੋਂ ਬਾਅਦ ਅਸੀਂ ਫਲਿਪਸ ਕਰਵ ਅੰਡਰ ਅਡੈਪਟਿਵ ਐਕਸਪੈਕਟੇਸ਼ਨ ਐਂਡ ਫਲਿਪਸ ਕਰਵ ਅੰਡਰ ਰੈਸ਼ਨਲ ਐਕਸਪੈਕਟੇਸ਼ਨ ਨੂੰ ਡਿਸਕਸ ਕੀਤਾ ਅਤੇ ਲੌਂਗ ਰਨ ਜਿਹੜੀ ਅਸੀਂ ਜਿਹੜੀ ਫਲਿਪਸ ਕਰਵ ਹੈ ਅਤੇ ਸ਼ੋਰਟ ਰਨ ਫਲਿਪਸ ਕਰਵ ਨੂੰ ਵੀ ਅਸੀਂ